ਸਰਪ੍ਰਾਈਜ਼। ਤੂੰ ਤੂੰ ਇੱਥੇ ਕਿੰਦਾ? ਤੈਨੂੰ ਵਿਸ਼ ਕਰਨ ਆਇਆ। ਵਿਸ਼? ਕਿਹੜੀ ਵਿਸ਼? ਤੇਰੇ ਬਰਥਡੇ ਦੀ ਵਿਸ਼ ਬੁੱਗੀ ਏ। ਓ ਮੇਰੇ ਚੰਨ ਚੜਿਕ, ਮੇਰਾ ਬਰਥਡੇ ਅੱਜ ਨਹੀਂ ਕੱਲ ਹੈ। ਤਦਾਂ ਕਿਵੇਂ ਆ ਗਿਆ ਤੂੰ? ਹੋਰ ਹੁਣ ਮੈਂ ਬਰਾਤੀਆਂ ਨੂੰ ਲੈ ਕੇ ਤੇਰੀ ਮੰਮੀ ਤੇ ਤੇਰੇ ਭਰਾ ਨੂੰ ਪੁੱਛਦਾ, ਫਿਰ ਮੈਂ ਕਹਿੰਦਾ ਨਿੰਮੋ ਨੂੰ ਕੱਢੋ ਬਾਹਰ, ਮੈਂ ਬਰਥਡੇ ਵਿਸ਼ ਕਰਨੀ। ਹੱਸਣਾ ਯਾਰ, ਤੈਨੂੰ ਪਤਾ ਕਿੰਨਾ ਔਖਾ ਹੋ ਗਿਆ ਮੈਂ। ਅੱਛਾ ਠੀਕ, ਹੁਣ ਨੀ ਹੱਸਦੇ। ਥੈਲੇ ਚ ਕੀ ਹੈ? ਓ ਗਿਫਟ ਹੈ ਤੇਰੇ ਲਈ। ਗਿਫਟ? ਆ ਸਬਜ਼ੀ ਵਾਲੇ ਥੈਲੇ ਚ ਗਿਫਟ ਕੌਣ ਲੈ ਕੇ ਆਉਂਦਾ? ਇਹਦੇ ਪਿੱਛੇ ਵੀ ਇੱਕ ਵਜ੍ਹਾ ਹੈ। ਵਜ੍ਹਾ? ਉਹ ਕੀ? ਉਹ ਮੈਂ ਆਪਣੀ ਕਬੂਤਰੀ ਨੂੰ ਸਭ ਤੋਂ ਪਹਿਲਾਂ ਵਿਸ਼ ਕਰਨਾ ਚਾਹੁੰਦਾ ਸੀ। ਓਹੋ, ਫੇਰ ਤਾਂ ਤੈਨੂੰ ਰਾਤ ਦੇ 12 ਵਜੇ ਆਉਣਾ ਚਾਹੀਦਾ ਸੀ। ਉਹ ਵੀ ਮੈਂ ਸੋਚਿਆ ਸੀ, ਪਰ ਫਿਰ ਨਾ ਮੈਨੂੰ ਤੇਰੀ ਮੰਮੀ ਦਾ ਥੱਪੜ ਯਾਦ ਆ ਗਿਆ। ਵਾਹ ਬਈ ਵਾਹ, ਤੂੰ ਤਾਂ ਬਹੁਤ ਦੂਰ ਦੀ ਸੋਚਦੇ। ਅੱਛਾ, ਹੈਪੀ ਬਰਥਡੇ ਨਿੰਮੋ। ਕੀ ਹੋਇਆ? ਗਿਫਟ ਦੇ ਬਿਨਾਂ ਹੀ ਵਿਸ਼ ਕਰੀ ਜਾਣ ਦੇ? ਓ ਸਾਰੀ 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 ਛੱਡ ਜਾ। ਇੱਕ ਮਿੰਟ ਬਸ ਆ ਲੈ। ਬਸ ਇੰਨਾ ਹੀ, ਹੋਰ ਤਾਂ ਨੀ ਕੁਝ? ਇੱਕ ਮਿੰਟ ਇੱਕ ਮਿੰਟ। ਲੈ ਤੇਰੇ ਲਈ ਤੇਰੇ ਫੇਵਰੇਟ ਚਾਕਲੇਟ। ਕੀ ਹੋਇਆ ਯਾਰ ਤੈਨੂੰ ਆ ਸਭ ਕੁਛ? ਤੂੰ ਕੁਛ ਵੀ ਨੀ ਪਸੰਦ ਆਇਆ? ਹਾਏ ਯਾਰ, ਤੂੰ ਮੇਰੇ ਲਈ ਇੰਨੀ ਮਿਹਨਤ ਕੀਤੀ ਤੇ ਮੈਂ ਤੇਰੀ ਲੱਤ ਤੇ ਖਿੱਚਦੀ ਰਹੀ। ਮੈਂ ਤਾਂ ਸੋਚਿਆ ਪਤਾ ਨੀ ਏਦਾਂ ਹੀ ਸਬਜ਼ੀਆਂ ਦਾ ਥੱਲਾ ਲਿਆਇਆ ਚੱਕ ਕੇ। ਉਹ ਹੁਣ ਮੈਨੂੰ ਕਾਹਲੀ ਕਾਹਲੀ ਜੋ ਮਿਲਿਆ ਮੈਂ ਲੈ ਆਇਆ। ਗਿਫਟ ਤਾਂ ਜ਼ਿਆਦਾ ਨਾ, ਗਿਫਟ ਦੇਣ ਵਾਲਾ ਮਾਇਨੇ ਰੱਖਿਆ ਜਾਂਦਾ। ਚਲੋ ਮਿੱਠਾ ਕਰਾਉਂ। ਚਲ ਤੂੰ ਵੀ ਖਾ, ਤੁਹਾਡਾ ਖਾਣ ਨਾਲ ਨਾ ਪਿਆਰ ਵੱਧਦਾ। ਅੱਛਾ ਜੀ, ਇਹ ਗੱਲ ਹੈ ਤਾਂ ਆਪਾਂ ਵਿਆਹ ਤੋਂ ਬਾਅਦ ਹਰ ਰੋਜ਼ ਜੂਠਾ ਖਾਇਆ ਕਰਾਂਗੇ। ਚਲ ਠੀਕ ਹੈ, ਮਨਜ਼ੂਰ। ਕਿਉਂ, ਖਾ ਕੇ ਆ ਗਿਆ ਨਾ ਜੇਲ੍ਹ ਦੀ ਹਵਾ? ਉਹ ਜੇਲ੍ਹ ਤਾਂ ਜੱਟਾਂ ਦੇ ਸਹੁਰਿਆਂ ਵਰਗੀ ਹੁੰਦੀ ਆ, ਆਉਣਾ ਜਾਣਾ ਲੱਗਾ ਹੀ ਰਹਿੰਦਾ। ਉਹ ਨਾਲੇ ਮੈਂ ਤਾਂ ਸਰਪੰਚ ਦਾ ਮੁੰਡਾ, ਕਿੰਨੀ ਕੁ ਦੇਰ ਰੱਖ ਲੈਣਾ ਸੀ ਉਹਨਾਂ ਨੇ ਮੈਨੂੰ ਜੇਲ੍ਹ 'ਚ? ਜੇ ਤੂੰ ਹਰਕਤਾਂ ਨਹੀਂ ਨਾ ਸੁਧਾਰੀਆਂ, ਤੈਨੂੰ ਸਰਪੰਚ ਦਾ ਮੁੰਡਾ ਹੋਣ ਦਾ ਵੀ ਕੋਈ ਫਾਇਦਾ ਨਹੀਂ ਹੋਣਾ। ਜੇ ਤੁਸੀਂ ਮੈਨੂੰ ਹਰਕਤਾਂ ਵਿਗਾੜਨ ਦਾ ਮੌਕਾ ਹੀ ਨਾ ਦਿਓ ਤੇ ਮੈਂ ਤਾਂ ਫਿਰ ਬਹੁਤ ਸਾਊ ਜਿਹਾ ਮੁੰਡਾ। ਵੈਸੇ
ਵੀਰ ਨੇ ਚੰਗਾ ਨਹੀਂ ਕੀਤਾ ਮੇਰੇ ਨਾਲ। ਪਰ ਵੀਰ ਨੇ ਮੇਰੇ ਨਾਲ ਤਾਂ ਬਹੁਤ ਵਧੀਆ ਕੀਤਾ। ਤੇਰੇ ਵਰਗੇ ਘਟੀਆ ਇਨਸਾਨ ਤੋਂ ਮੇਰਾ ਪਿੱਛਾ ਤਾਂ ਛੁੱਟ ਗਿਆ। ਵੈਸੇ ਮੈਂ ਵੀ ਦੇਖਿਆ, ਇਹ ਤਾਂ ਜ਼ਿੰਦਗੀ ਦੀ ਰੀਤ ਆ। ਜਿਹਨੂੰ ਤੁਸੀਂ ਪਿਆਰ ਕਰਦੇ ਆ ਉਹ ਤੁਹਾਨੂੰ ਪਿਆਰ ਨਹੀਂ ਕਰਦਾ, ਜਿਹੜਾ ਤੁਹਾਨੂੰ ਪਿਆਰ ਕਰਦਾ ਉਹਨੂੰ ਤੁਸੀਂ ਪਿਆਰ ਨਹੀਂ ਕਰਦੇ। ਜਿਹੜਾ ਪਿਆਰ ਮੈਂ ਵੀਰ ਨੂੰ ਕਰਦੀ ਆ ਨਾ ਉਹ ਸੱਚਾ ਪਿਆਰ ਆ, ਤੇ ਜਿਹੜਾ ਪਿਆਰ ਤੂੰ ਕਰਦਾ ਨਾ ਉਹ ਇੱਕ ਜਿੱਦ ਆ। ਜੇ ਤੂੰ ਮੈਨੂੰ ਸੱਚਾ ਪਿਆਰ ਕਰਦਾ ਹੁੰਦਾ ਨਾ ਉਹ ਨਾ ਕਰਦਾ ਜੋ ਰਾਜਦੀਪ ਨਾਲ ਮਿਲ ਕੇ ਕੀਤਾ ਹੈ ਤੂੰ। ਤੇਰੇ ਨਾਲ ਵਿਆਹ ਕਰਾਉਣ ਤੋਂ ਚੰਗਾ ਮੈਨੂੰ ਮਰਨਾ ਮਨਜ਼ੂਰ ਹੈ। ਨਾਲੇ ਨਾ ਸਾਰਾ ਪਿੰਡ ਜਾਣਦਾ ਕਿ ਮੈਂ ਵੀਰ ਨੂੰ ਪਿਆਰ ਕਰਦੀ ਹਾਂ। ਚੱਲ ਹੁਣ ਪਾਸੇ ਹਟ। ਇੰਜ ਮੇਰੀ ਸਕੂਟੀ ਰੋਕ ਕੇ ਮੇਰਾ ਰਾਸਤਾ ਰੋਕਣ ਦੀ ਕੋਸ਼ਿਸ਼ ਵੀ ਕੀਤੀ ਨਾ, ਮੇਰੇ ਤੋਂ ਬੁਰਾ ਕੋਈ ਨੀ, ਹਿੰਮਤ ਵੀ ਨਾ ਕਰੀ, ਪਾਸੇ ਹਟ। ਇਹ ਗੱਲ ਆ ਨਾ ਮਾਹੀ ਬੰਸਲ, ਫਿਰ ਮੈਂ ਵੀ ਦੇਖਦਾ ਕਿ ਤੇਰਾ ਉਸ ਵੀਰ ਦੇ ਨਾਲ ਵਿਆਹ ਕਿਵੇਂ ਹੁੰਦਾ। ਵਿਆਹ ਤਾਂ ਤੁਹਾਡੇ ਦੋਵਾਂ ਦਾ ਮੈਂ ਕਿਸੇ ਵੀ ਹਾਲ ਚੋਲ ਨਹੀਂ ਕਹਿੰਦਾ, ਇਹ ਬਹੁਤਾ ਹੈ ਮੇਰਾ। ਪਿਆਰ ਨੇ ਸਾਰੇ ਖੇਡਣ ਲਈ। ਚਲੋ ਫਿਰ ਹੁਣ ਨਾ ਮੈਂ ਗੇਮ ਦੇ ਰੂਲਸ ਦੱਸ ਦਿੰਦੀ ਹਾਂ। ਜਿੱਦਾਂ ਹੀ ਮਿਊਜ਼ਿਕ ਚੱਲੂਗਾ ਸਾਰਿਆਂ ਨੇ ਕੁਰਸੀਆਂ ਦੇ ਆਲੇ ਦੁਆਲੇ ਭੱਜਣਾ, ਜਿੱਦਾਂ ਹੀ ਮਿਊਜ਼ਿਕ ਬੰਦ ਹੋਊਗਾ ਕੁਰਸੀਆਂ ਤੇ ਬਹਿ ਜਾਣਾ, ਜਿਹੜਾ ਰਹਿ ਗਿਆ ਉਹ ਆਊਟ। ਠੀਕ ਹੈ? ਨਹੀਂ ਨਹੀਂ ਨਿੰਮੋ, ਮੇਰੇ ਤਾਂ ਗੋਡੇ ਡੁੱਖਣ ਡਏ ਨੇ। ਹੈ, ਮੈਂ ਨਾ ਤੇਰੇ ਡੈਡੀ ਨਾਲ ਜਾ ਕੇ ਰੋਟੀ ਦਾ ਇੰਤਜ਼ਾਮ ਵੇਖਦੀ ਹਾਂ। ਹਾਂ ਚਲੋ ਜੀ, ਚਲੋ ਆਪਾਂ ਚੱਲੀਏ। ਨਿੰਮੋ ਤੂੰ ਦੱਸ ਕੀ ਸਜ਼ਾ ਦਿੱਤੀ ਜਾਵੇ ਇਹਨੂੰ? ਡਿੰਪੀ ਦੀ ਸਜ਼ਾ, ਹੁਣ ਤੈਨੂੰ ਗਾਣਾ ਗਾਣਾ। ਹਾਂ, ਆ ਗਾਣਾ ਗੁਣਾ ਨਹੀਂ ਆਂਦਾ ਮੈਨੂੰ। ਗਾਣਾ ਨਹੀਂ ਆਂਦਾ, ਨੱਚਣਾ ਤਾਂ ਆਂਦਾ ਹੀ ਹੋਣਾ, ਚਲੋ ਨੱਚ ਕੇ ਦਿਖਾਓ। ਹੋ ਜਾ ਸ਼ੁਰੂ ਡਿੰਪੀ। ਹਾਏ ਹਾਏ, ਗੁਲਾਬ ਜਾਮੁਨ ਬਣਾਉਂਦੀ ਹੈ, ਚਲੋ ਲਿਆਓ ਸਾਡੇ ਲਈ। ਚਲੋ ਚਲੋ ਚਲੋ, ਤੀਸਰਾ ਰਾਉਂਡ। ਹਾਂਜੀ ਚਲੋ, ਕੁਰਸੀ ਕੱਢਣੀ ਪੈਣੀ। ਵਿੱਕੀ ਆਊਟ। ਅੱਛਾ, ਵਿੱਕੀ ਨੂੰ ਸਜ਼ਾ ਕੌਣ ਦਊਗਾ? ਵਿੱਕੀ ਦੀ ਸਜ਼ਾ ਤਾਂ ਮੈਂ ਦਊਂਗੀ, ਉਹ ਵੀ ਉਹਦੇ ਕੰਨ 'ਚ। ਚਮਚੜੀ, ਆਈ ਲਵ ਯੂ।
ਲੱਗਦਾ ਬੋਲਤਾ ਨਿੰਮੋ ਨੇ। ਆਪਣੀ ਕੁਰਸੀ ਪਿੱਛੇ ਲਾ ਦੇ। ਚਲੋ ਬਈ ਅਗਲਾ ਰਾਊਂਡ। ਨਿੰਮੋ ਤੂੰ ਆਊਟ ਹੋ ਗਈ ਆ, ਤੈਨੂੰ ਸਜ਼ਾ ਕੌਣ ਦਊਗਾ? ਅਬ ਮੇਰੀ ਕੋਈ ਸਜ਼ਾ ਨਹੀਂ ਹੈ, ਅੱਜ ਮੇਰਾ ਬਰਥਡੇ ਹੈ। ਆ ਵੀ ਗੱਲ ਠੀਕ ਹੈ, ਆਰਾਮ ਕਰ। ਅੱਜ ਦੇ ਵਿਨਰ ਹੋਏ ਮੇਰੇ ਸੋਹਣੇ ਜੇ ਵੀਰ ਜੀ। ਮਾਹੀ ਤਾਂ ਹਾਰ ਗਈ, ਹੁਣ ਮਾਹੀ ਦੀ ਸਜ਼ਾ ਹੈ ਵੀਰ ਜੀ ਦੀ ਐਕਟਿੰਗ ਕਰਕੇ ਦਿਖਾਣੀ ਹੈ। ਹਾਂ ਮਾਹੀ, ਤੁਸੀਂ ਮੈਨੂੰ ਝੂਠ ਬੋਲਣ ਲਈ ਕਹਿ ਰਹੇ ਹੋ? ਮਤਲਬ ਤੁਸੀਂ ਮੈਨੂੰ ਇੱਕ ਰੀਜ਼ਨ ਦਿਓ ਜਿਹਦੀ ਵਜ੍ਹਾ ਕਰਕੇ ਮੈਂ ਆਪਣੇ ਪੇਸ਼ੈਂਟ ਨੂੰ ਤੁਹਾਡੇ ਕਰਕੇ ਝੂਠ ਬੋਲਾਂ। ਕਿਉਂਕਿ ਤੁਹਾਡੇ ਲਈ ਨਾ ਵੀਰ ਇੱਕ ਪੇਸ਼ੈਂਟ ਹੈ ਤੇ ਮੇਰੇ ਲਈ ਉਹ ਮੇਰਾ ਦੋਸਤ ਹੈ। ਮੈਂ ਉਹਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ। ਉਹ ਬਹੁਤ ਅਸੂਲਾਂ ਵਾਲਾ ਮੁੰਡਾ ਹੈ। ਉਹ ਮਰਦਾ ਮਰ ਜੂਗਾ ਪਰ ਕਿਸੇ ਦੀ ਮਦਦ ਨਹੀਂ ਲਊਗਾ। ਉਹਦਾ ਸੁਪਨਾ ਟੁੱਟ ਜੂਗਾ ਪਰ ਕਿਸੇ ਤੋਂ ਪੈਸੇ ਨਹੀਂ ਮੰਗੂਗਾ। ਇਸ ਕਰਕੇ ਡਾਕਟਰ ਸਾਹਿਬ ਪਲੀਜ਼, ਇਸ ਵੇਲੇ ਤਾਂ ਨਾ ਉਹਦਾ ਫੌਜ ਭਰਤੀ ਹੋਣ ਦਾ ਟਾਈਮ ਬਹੁਤ ਨਜ਼ਦੀਕ ਆ ਗਿਆ। ਉਹਨੂੰ ਬਹੁਤ ਜਲਦੀ ਨਾ ਫਿਜ਼ੀਕਲ ਟੈਸਟ ਲਈ ਬੁਲਾਇਆ ਜਾਊਗਾ। ਮੈਂ ਨਹੀਂ ਚਾਹੁੰਦੀ ਕਿ ਉਹ ਫਿਜ਼ੀਕਲ ਟੈਸਟ ਤੋਂ ਫੇਲ ਹੋ ਜਾਵੇ ਔਰ ਉਹਨੂੰ ਇਸ ਇਲਾਜ ਦੀ ਨਾ ਬਹੁਤ ਲੋੜ ਆ। ਆਮ ਸੌਰੀ ਮਾਹੀ, ਮੈਂ ਝੂਠ ਨਹੀਂ ਕਹਿ ਸਕਦੀ ਪਰ ਪਲੀਜ਼ ਵੀਰ ਦਾ ਸੁਪਨਾ ਪੂਰਾ ਕਰਨ ਚ ਮੇਰੀ ਮਦਦ ਕਰ ਦਿਓ ਪਲੀਜ਼। ਪਲੀਜ਼ ਡਾਕਟਰ ਸਾਹਿਬ, ਮੈਂ ਤੁਹਾਡੇ ਅੱਗੇ ਨਾ ਹੱਥ ਜੋੜਦੀ ਹਾਂ, ਮੈਂ ਤੁਹਾਡੇ ਪੈਰ ਵੀ ਪੜ ਲੈਂਦੀ ਹਾਂ। ਓਕੇ ਮਾਹੀ, ਮੈਂ ਵੀਰ ਨੂੰ ਨਹੀਂ ਦੱਸਾਂਗੀ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ।
ਕਿ ਤੁਸੀਂ ਵੀਰ ਲਈ ਇੰਨਾ ਕੁਛ ਕਰ ਰਹੇ ਹੋ, ਪਰ ਇੰਨਾ ਕੁਛ ਕਰਨ ਦੇ ਬਾਵਜੂਦ ਤੁਸੀਂ ਉਹਨੂੰ ਦੱਸ ਵੀ ਨਹੀਂ ਰਹੇ। ਉਹ ਮਦਦ ਹੀ ਕੀ ਜਿਹੜੀ ਦੱਸ ਕੇ ਕੀਤੀ ਜਾਵੇ। ਓਕੇ ਮਾਹੀ, ਮੈਂ ਵੀਰ ਨੂੰ ਉਹੀ ਦੱਸਾਂਗੀ ਜੋ ਤੁਸੀਂ ਮੈਨੂੰ ਕਹਿਣ ਲਈ ਕਿਹਾ। ਅੱਛਾ, ਮੈਂ ਚੱਲਦੀ ਹਾਂ, ਧੰਨਵਾਦ। ਮੈਂ ਜਿੰਨੀ ਵਾਰੀ ਮਾਹੀ ਨੂੰ ਵੇਖਦੀ ਹਾਂ ਮੈਨੂੰ ਯਕੀਨ ਜਿਹਾ ਨਹੀਂ ਹੁੰਦਾ ਕਿ ਅੱਜ ਕੱਲ੍ਹ ਵੀ ਇਹੋ ਜਿਹੀਆਂ ਦੋਸਤੀਆਂ ਨੇ ਜਿਨ੍ਹਾਂ ਨੇ ਲੋਕੀ ਪਤਾ ਨਹੀਂ ਕੀ ਕਰਦੇ। ਇੱਕ ਸੈਕਿੰਡ, ਜੇ ਮੈਂ ਇਧਰੋਂ ਚਲੀ ਗਈ ਤੇ ਮੈਨੂੰ ਪਤਾ ਕਿੱਦਾਂ ਚੱਲੂਗਾ ਕਿ ਵੀਰ ਤੇ ਡਾਕਟਰ ਸਰੀਨ ਦੇ ਵਿੱਚ ਕੀ ਗੱਲ ਹੋਈ ਹੈ। ਵੀਰ ਡਾਕਟਰ ਸਰੀਨ ਨਾਲ ਗੱਲ ਹੀ ਨਾ ਕਰ ਲੈਂਦਾ। ਮੈਂ ਇੱਥੇ ਰੁਕਦੀ ਹਾਂ। ਮੇਰੇ ਇਲਾਜ ਦੀ ਮੈਨੂੰ ਅਜੇ ਹੋਰ ਕਿੰਨੇ ਕੁ ਪੈਸੇ ਦੇਣੇ ਪੈਣੇ। ਡਾਕਟਰ ਸਰੀਨ, ਤੁਸੀਂ ਨਾ ਬਸ ਸਿਰਫ ਇੰਨਾ ਕਰਨਾ ਕਿ ਤੁਸੀਂ ਵੀਰ ਨੂੰ ਇਹ ਕਹਿਣਾ ਕਿ ਤੁਸੀਂ ਨਾ ਉਹਦਾ ਇਲਾਜ ਫ੍ਰੀ ਚ ਕਰਾਂਗੇ। ਵੀਰ, ਹੁਣ ਤੁਹਾਨੂੰ ਪੈਸਿਆਂ ਦੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈ। ਮਤਲਬ ਤੁਹਾਨੂੰ ਪਤਾ ਹਰ 3 ਮਹੀਨਿਆਂ ਚ ਗਵਰਨਮੈਂਟ ਜੋ ਮੈਡੀਕਲ ਕੈਂਪ ਲਗਾਉਂਦੀ ਹੈ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੇ ਲਈ, ਤੇ ਮੈਂ ਉਹਦੇ ਵਿੱਚ ਤੁਹਾਡਾ ਨਾਮ ਪਾਤਾ ਹੈ ਕਿਉਂਕਿ ਤੁਹਾਡੇ ਤੋਂ ਇਲਾਵਾ ਮੇਰੇ ਇੱਕ ਅੱਧੇ ਹੋਰ ਪੇਸ਼ੈਂਟਸ ਵੀ ਨੇ ਜਿਨ੍ਹਾਂ ਨੇ ਸਮਾਜ ਲਈ ਬਹੁਤ ਕੁਝ ਕੀਤਾ ਹੈ। ਤੁਸੀਂ ਤਾਂ ਵੈਸੇ ਵੀ ਫੌਜੀ ਬਣੇ ਬਿਨਾਂ ਉਗਰਵਾਦੀ ਨਾਲ ਲੜ ਕੇ ਆਏ ਹੋ, ਪਤਾ ਨਹੀਂ ਤੁਸੀਂ ਕਿੰਨੇ ਲੋਕਾਂ ਨੇ ਜਾਨਾਂ ਬਚਾਈਆਂ ਨੇ, ਤੇ ਤੁਸੀਂ ਤਾਂ ਇਤੋਂ ਵੀ ਜ਼ਿਆਦਾ ਲੱਕੀ ਹੋ। ਮੈਨੂੰ ਨਾ ਫੌਜ ਤੋਂ ਵੀ ਲੈਟਰ ਆਇਆ ਸੀ ਤੁਹਾਡੇ ਲਈ ਕਿ ਮੈਂ ਤੁਹਾਡਾ ਇਲਾਜ ਮੁਫ਼ਤ ਕਰਾਂ, ਤੇ ਹੁਣ ਤੁਸੀਂ ਜਾਓ ਆਪਣੀ ਫੈਮਿਲੀ ਤੇ ਦੋਸਤਾਂ ਨੂੰ ਦੱਸੋ ਕਿ ਤੁਹਾਨੂੰ ਪੈਸਿਆਂ ਦੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈ ਤੇ ਤੁਹਾਡਾ ਇਲਾਜ ਹੈ ਜਿਹੜਾ ਕਿ ਉਹ ਮੁਫ਼ਤ ਚ ਹੋ ਰਿਹਾ ਹੈ। ਬਹੁਤ ਬਹੁਤ ਧੰਨਵਾਦ ਡਾਕਟਰ, ਤੁਹਾਨੂੰ ਨਹੀਂ ਪਤਾ ਅੱਜ ਕੱਲ੍ਹ ਮੇਰੇ ਲਈ ਕੀ ਮਾਇਨੇ ਰੱਖਦੀ ਹੈ। ਮੈਂ ਹੁਣੇ ਜਾ ਕੇ ਆਪਣੇ ਪਰਿਵਾਰ ਨੂੰ ਦੱਸਦਾ। ਇੱਕ ਮਿੰਟ ਵੀਰ, ਮੈਂ ਵੀ ਨਿਕਲਣਾ ਹੀ ਆ, ਦੋਨੋਂ ਇਕੱਠੇ ਚੱਲ ਪੈਂਦੇ ਆ ਜੀ। ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖ। ਉਹ ਖੜ ਜਾ ਆਂਜਾ। ਉਹ ਫੇਲ ਕਵਾ ਕਿ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ। ਓਏ ਤੂੰ ਇੱਥੇ ਹੀ ਕਰਨ ਡਿਆ ਮਟਰ ਤੋੜਨਾ? ਯਾਰ ਕਮਾਲ ਕਰਨਾ ਤੂੰ, ਘਰੇ ਗੈਸਟ ਆਏ ਨੇ ਤੂੰ ਕਿਹੋ ਜਿਹਾ ਸਵਾਲ ਜਵਾਬ ਕਰਨ ਡਿਆ। ਮੰਨਿਆ ਤੂੰ ਮੇਰੇ ਤੋਂ ਨਾਰਾਜ਼ ਹੈ ਕਿ ਤੁਹਾਡੇ ਘਰ ਦਾ ਰਿਸ਼ਤਾ ਮੇਰੇ ਘਰ ਨਾਲ ਨਹੀਂ ਜੁੜ ਸਕਿਆ,
ਪਰ ਇਹਦਾ ਮਤਲਬ ਇਹ ਥੋੜੀ ਇੱਕ ਦੂਜੇ ਦੇ ਮੱਥੇ ਵੀ ਨਹੀਂ ਲੱਗਣਾ ਆਪਾਂ, ਮਿਲਦੇ ਤੇ ਰਹਿਣਾ ਹੀ ਹੈ ਨਾ, ਆਖਿਰ ਇੱਕੋ ਪਿੰਡ ਚ ਰਹਿੰਦੇ ਆਪਾਂ। ਤੇਰੇ ਵਰਗੇ ਲੋਕੀ ਨਾ ਕਿਸੇ ਨਾਲ ਰਿਸ਼ਤਾ ਨਹੀਂ ਨਿਭਾ ਸਕਦੇ। ਯਾਰ ਇੱਕ ਤਾਂ ਤੁਹਾਡਾ ਸਾਰਾ ਟੱਬਰ ਗੁੱਸਾ ਬਹੁਤ ਕਰਦਾ, ਗੁੱਸਾ ਨਾ ਘੱਟ ਕਰਿਆ ਕਰ, ਐਵੇਂ ਸਿਹਤ ਖਰਾਬ ਕਰਕੇ ਬਹਿ ਜਾਏਗਾ, ਇਸ ਉਮਰ ਦੇ ਵਿੱਚ ਬੀਪੀ ਵਧੇਗਾ, ਚੰਗਾ ਲੱਗੇਗਾ। ਓਏ ਆਪਣੀ ਸਿਹਤ ਦਾ ਖਿਆਲ ਰੱਖ ਤੂੰ, ਤੇ ਇੱਕ ਮਿੰਟ ਵੀ ਹੋਰ ਇੱਥੇ ਖੜ ਗਿਆ ਨਾ ਤੇ ਮੈਂ ਤੇਰੀ ਸਿਹਤ ਖਰਾਬ ਕਰ ਦੇਣੀ ਹੈ। ਉਹ ਚੱਲ ਛੱਡ ਯਾਰ, ਓਏ ਤੂੰ ਨਾ ਛੋਟਾ ਹੈ ਮੇਰੇ ਤੋਂ, ਤੂੰ ਐਵੇਂ ਕਰ, ਤੈਨੂੰ ਤੇ ਮੈਂ ਕੋਈ ਗੱਲ ਦੱਸ ਵੀ ਨਹੀਂ ਸਕਦਾ, ਆਪਣੀ ਮੰਮੀ ਨੂੰ ਬੁਲਾ ਕੇ ਲੈ ਕੇ ਆ, ਉਹਨਾਂ ਨੂੰ ਮੈਂ ਗੱਲ ਦੱਸਦਾ, ਉਹ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸਮਝਣਗੇ। ਓਏ ਕੋਈ ਲੋੜ ਨਹੀਂ ਮੇਰੇ ਘਰ 'ਚ ਕਿਸੇ ਨੂੰ ਵੀ ਕੁਝ ਸਮਝਾਉਣ ਦੀ, ਤੇਰੇ ਲਈ ਆਹੀ ਚੰਗਾ ਹੋਊਗਾ ਕਿ ਤੂੰ ਇੱਥੋਂ ਚੱਲ ਜਾਵੇਂ। ਤੂੰ ਉਦਣ ਮੇਰੇ ਘਰ ਆਇਆ ਤੇ ਮੇਰੇ ਘਰ ਆ ਕੇ ਮੇਰੀ ਕਾਲਰ ਨੂੰ ਹੱਥ ਪਾਇਆ ਤੇ ਮੇਰੇ ਨਾਲ ਉੱਚੀ ਆਵਾਜ਼ 'ਚ ਗੱਲ ਕੀਤੀ, ਪਰ ਜੇ ਮੈਂ ਤੈਨੂੰ ਉਦਣ ਕੁਝ ਨਹੀਂ ਕਿਹਾ ਤੇ ਇਹਦਾ ਮਤਲਬ ਇਹ ਨਹੀਂ ਕਿ ਤੂੰ ਮੇਰੇ ਨਾਲ ਹਮੇਸ਼ਾ ਬਦਤਮੀਜ਼ੀ ਨਾਲ ਗੱਲ ਕਰੇ, ਇਸ ਕਰਕੇ ਆਪਣੀ ਔਕਾਤ 'ਚ ਰਹਿ। ਪਰੇ ਹੁਣ ਉਹ ਲੱਕੀ ਸਤਿ ਸ਼੍ਰੀ ਅਕਾਲ ਆਂਟੀ ਜੀ, ਮੈਂ ਸੋਚਿਆ ਕਿ ਗੱਲਾਂ ਬਾਤਾਂ ਤੇ ਬਾਕੀ ਹੁੰਦੀਆਂ ਰਹਿਣੀਆਂ, ਪਹਿਲਾਂ ਆਪਾਂ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਤੇ ਬੁਲਾ ਦੀ ਆਂਟੀ ਨੂੰ। ਤੇਰੇ ਵਰਗਾ ਬੰਦਾ ਨਾ ਚੰਗੀ ਤਰ੍ਹਾਂ ਗੱਲ ਕਰਦਾ, ਜਦੋਂ ਸਾਡੇ ਵਰਗੇ ਬੰਦਿਆਂ ਨੂੰ ਸੋਚਣਾ ਪੈਂਦਾ ਕਿ ਗੱਲ ਕਰੀਏ ਜਾਂ ਨਾ ਕਰੀਏ। ਇਸ ਤੋਂ ਪਹਿਲਾਂ ਮੈਂ ਗੁੱਸੇ 'ਚ ਆ ਜਾਵਾਂ, ਚਲਾ ਜਾ ਇੱਥੋਂ। ਇੱਕ ਤਾਂ ਤੁਹਾਨੂੰ ਨਾ ਗੁੱਸਾ ਬਹੁਤ ਆਉਂਦਾ, ਤੁਸੀਂ ਨਾ ਐ ਕਰਿਆ ਕਰੋ, ਗਤੀਰਾ ਗੁੰਦ ਖਾਇਆ ਕਰੋ, ਦਿਮਾਗ ਠੰਡਾ ਰੱਖਿਆ ਕਰੋ ਆਪਣਾ। ਉਦੋਂ ਤੁਸੀਂ ਮੈਨੂੰ ਵਿਆਹ 'ਚੋਂ ਬਾਹਰ ਕੱਢੀ ਜਾਂਦੇ ਸੀ, ਅੱਜ ਤੁਸੀਂ ਮੈਨੂੰ ਘਰੋਂ ਬਾਹਰ ਕੱਢੀ ਜਾਂਦੇ ਹੋ, ਇੰਨਾ ਗੱਲ ਹੀ ਖਿਜੇ ਰਹਿੰਦੇ 24 ਘੰਟੇ। ਵਿਸ਼ਵਾਸ ਕਰ ਕਾਕਾ, ਤੇ ਮੇਰੀ ਗੱਲ ਮੰਨ ਲੈ, ਕਿਤੇ ਆ ਨਾ ਹੋਵੇ ਮੈਂ ਤੇਰੇ ਉੱਤੇ ਛਿੱਤਰਾਂ ਦੀ ਛਾਂ ਕਰ ਦਵਾਂ ਤੇ ਰੋਂਦਾ ਹੋਇਆ ਜਾਏਗਾ ਫਿਰ ਇੱਥੋਂ। ਫਿਰ ਸਾਰਿਆਂ ਨੇ ਕਹਿਣਾ ਕਿ ਸਰਪੰਚ ਦਾ ਮੁੰਡਾ ਛਿੱਤਰ ਪਰੇਡ ਕਰਾ ਕੇ ਆਇਆ। ਓ ਨਹੀਂ ਨਹੀਂ ਆਂਟੀ ਜੀ, ਗੱਲ ਐਵੇਂ ਆ ਕਿ ਮੈਂ ਨਾ ਅੱਜ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨ ਆਇਆ ਤੇ ਉਹ ਗੱਲ ਦੱਸੇ ਬਿਨਾ ਮੈਂ ਨਹੀਂ ਜੀ ਜਾਣਾ, ਮੈਂ ਇੱਥੇ ਤੁਹਾਡੇ ਭਲੇ ਵਾਸਤੇ ਆਇਆ। ਕੀ ਮਤਲਬ ਹੈ ਤੇਰਾ? ਆਂਟੀ ਜੀ ਦੇਖੋ, ਮੈਂ ਤੇ ਹੈਗਾ ਤੁਹਾਡੇ ਘਰ ਦਾ ਬੰਦਾ, ਜੇ ਤੁਹਾਨੂੰ ਪੈਸਿਆਂ ਦੀ ਲੋੜ ਸੀ ਤੁਸੀਂ ਮੈਨੂੰ ਦੱਸ ਦਿੰਦੇ, ਹੈ ਐਵੇਂ ਐਡਾ ਵੱਡਾ ਫੈਸਲਾ ਲੈਣ ਦੀ ਕੀ ਲੋੜ ਸੀ? ਆ ਗੱਲਾਂ ਦੇ ਜਲੇਬੀਆਂ ਬਣਾਉਣਾ ਬੰਦ ਕਰ ਤੇ ਸਾਫ਼ ਸਾਫ਼ ਦੱਸ ਕੀ ਕਹਿਣਾ ਚਾਹੁੰਦਾ ਹੈ। ਆਂਟੀ ਜੀ ਮੈਂ ਸਾਫ਼ ਸਾਫ਼ ਹੀ ਤੇ ਕਹੀ ਜਾਂਦਾ ਕਿ ਜੇ ਤੁਹਾਨੂੰ ਪੈਸਿਆਂ ਦੀ ਲੋੜ ਸੀ ਜਾਂ ਕਿਸੇ ਵੀ ਚੀਜ਼ ਦੀ ਲੋੜ ਸੀ ਉਹ ਤੁਸੀਂ ਮੈਨੂੰ ਸਾਫ਼ ਸਾਫ਼ ਕਹਿ ਦਿੰਦੇ ਨਾ, ਐਵੇਂ ਇੰਨਾ ਵੱਡਾ ਫੈਸਲਾ ਲੈ ਲਿਆ ਤੁਸੀਂ। ਵਿੱਕੀ ਬਾਹਰ ਤੋਂ ਫੜੇ ਸਲਫੰਡਰ ਨੂੰ ਤੇ ਧੱਕੇ ਮਾਰ ਕੇ ਬਾਹਰ ਕੱਢ ਦੇ। ਚਲੋ ਖੜਾ ਉਹ ਵੱਡਾ ਆਂਟੀ ਸਮਝੇ ਗੱਲ ਕਿ ਨਹੀਂ, ਚੱਲ ਨਿਕਲੇ ਦਰਬਾਰ। ਓਏ ਚੂਚਿਆ ਜਾ, ਬਹੁਤਾ ਵਧੀ ਨਾ ਜਾ, ਇੱਕ ਚਪੇੜ ਮਾਰਨੀ ਮੈਂ ਤੇਰੇ ਤੇ ਦੰਦ ਤੇਰੇ ਸਾਰੇ ਬਾਹਰ ਆ ਕੇ ਡੇ ਪੈਣੇ। ਅੱਜ ਮੈਂ ਚੰਗੇ ਮੂਡ ਚ ਤਾਂ ਕਰਕੇ ਕੁਛ ਕਹਿਣ ਨਹੀਂ ਡਿਆ ਤੈਨੂੰ। ਹਾਂਜੀ ਆਂਟੀ ਜੀ, ਤੇ ਮੈਂ ਕਹਿਣ ਡਿਆ ਸੀ ਕਿ ਜੇ ਤੁਹਾਨੂੰ ਪੈਸਿਆਂ ਦੀ ਲੋੜ ਸੀ ਤਾਂ ਤੁਸੀਂ ਮੇਰੇ ਕੋਲ ਮੰਗ ਲੈਣੇ ਸੀ, ਤੁਹਾਨੂੰ ਆਪਣੀ ਦੁਕਾਨ ਵੇਚਣ ਦੀ ਕੀ ਲੋੜ? ਉਹ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੇਰਾ? ਜੋ ਮੂੰਹ ਚ ਆਇਆ ਝੂਠ ਮੂਠ ਬੋਲੀ ਜਾਂਦਾ, ਅਸੀਂ ਨੀ ਦੁਕਾਨ ਵੇਚੀ ਆਪਣੀ, ਐਵੇਂ ਪੱਲਿਓ ਗੱਲਾਂ ਲਾ ਕੇ ਭੋਕੀ ਜਾਂਦਾ ਹੈ। ਉਹ ਤੁਹਾਡੀ ਦੁਕਾਨ ਦੀ ਤੇ ਗੱਲ ਕਰਨਾ ਮੈਂ, ਜਿਹੜੀ ਤੁਸੀਂ ਵੇਚੀ ਹੈ। ਓਏ ਥੱਪੜ ਪੈ ਜਾਣੇ ਤੇਰੇ ਮੂੰਹ ਤੇ, ਸਾਡੀ ਦੁਕਾਨ ਨਾ ਸਾਡੇ ਕੋਲ ਹੈ,
ਅੱਜ ਵਿੱਕੀ ਜਾ ਕੇ ਆਇਆ ਦੁਕਾਨ ਤੇ, ਉਹ ਤਾਂ ਚਾਬੀ ਗਲਤ ਲੈ ਗਿਆ ਸੀਗਾ, ਇਸ ਕਰਕੇ ਤਾਲਾ ਨੀ ਖੁੱਲਿਆ ਤੇ ਮੁੜ ਆਇਆ ਵਾਪਸ। ਆਂਟੀ ਜੀ ਵੈਸੇ ਤੁਸੀਂ ਵੀ ਨਾ ਕਿੰਨੇ ਭੋਲੇ ਹੋ, ਵਿੱਕੀ ਨਾ ਚਾਬੀ ਬਿਲਕੁਲ ਸਹੀ ਲੈ ਕੇ ਗਿਆ ਸੀ ਪਰ ਤਾਲਾ ਗਲਤ ਸੀ ਜਿਹਦੇ ਵਿੱਚ ਚਾਬੀ ਲਾਉਣ ਡਿਆ ਸੀ। ਤਾਲਾ ਅਸਲ ਦੇ ਵਿੱਚ ਮੈਂ ਲਾਇਆ ਹੋਇਆ ਹੈ ਨਾ। ਉਹ ਕੀ ਮਤਲਬ ਹੈ ਤੇਰਾ? ਮੇਰਾ ਮਤਲਬ ਨਾ ਮੇਰੀ ਨੀਅਤ ਵਾਂਗੂ ਬਿਲਕੁਲ ਸਾਫ਼ ਆ। ਅਸਲ ਦੇ ਵਿੱਚ ਜਿਹੜੀ ਤੁਹਾਡੀ ਦੁਕਾਨ ਹੈ ਨਾ ਉਹ ਹੁਣ ਮੈਂ ਖਰੀਦ ਲਈ ਆ। ਦੱਸ ਮਾਹੀ ਕੀ ਸੁਪਨਾ ਹੈ ਤੇਰਾ? ਸਾਡੀ ਬੇਇੱਜ਼ਤੀ ਕਰਨਾ, ਸਾਨੂੰ ਬਰਬਾਦ ਕਰਨਾ, ਆਹ ਸੁਪਨਾ ਹੈ ਤੇਰਾ? ਉਸ ਮੁੰਡੇ ਨੂੰ ਤਾਂ ਇੱਕ ਸਕਿੰਟ ਨੀ ਲੱਗਿਆ ਤੇਰੇ ਸਾਹਮਣੇ ਆਪਣੇ ਸੁਪਨੇ ਨੂੰ ਚੁਣਨ ਲਈ। ਉਸ ਮੁੰਡੇ ਪਿੱਛੇ ਤੂੰ ਆਪਣੇ ਆਪਣੇ ਟੱਬਰ ਨੂੰ ਵੀ ਭੁੱਲੀ ਬੈਠੀ ਹੈ। ਦੱਸ ਮੈਨੂੰ ਮਾਹੀ, ਦੱਸ ਕੀ ਸੁਪਨਾ ਹੈ ਤੇਰਾ, ਦੱਸ ਮੈਨੂੰ। ਵੀਰ 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 ਓਹੋ ਵੀਰ 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 ਮਰ ਗਿਆ ਉਹ ਵੀਰ। ਮੰਮੀ ਖਲੋ ਜਾ, ਅੱਜ ਮੈਂ ਨਾ ਇਸ ਵੀਰ ਦਾ ਕਿੱਸਾ ਹੀ ਖਤਮ ਕਰ ਦੇਣਾ। ਮੈਂ ਹੁਣੇ ਜਾਣੀ ਆ ਤੇ ਉਹਨੂੰ ਮੈਂ ਦੱਸ ਦੇਣਾ ਕਿ ਮੇਰੀ ਧੀ ਤੇਰੇ ਇਲਾਜ ਪਿੱਛੇ ਆਪਣੀ ਦੁਕਾਨ ਵੇਚਦੀ ਹੈ। ਤੁਸੀਂ ਮੰਮੀ ਇਹੋ ਜਿਹਾ ਕੁਝ ਨਹੀਂ ਕਰੋ। ਮੈਂ ਪੁੱਛਣ ਨਹੀਂ ਡੇ ਤੈਨੂੰ, ਮੈਂ ਜਾਣ ਲੱਗੀ ਆ ਇੱਥੇ। ਮੰਮੀ ਮੰਮੀ ਜੇ ਤੁਸੀਂ ਇਸ ਘਰ ਚੋਂ ਪੈਰ ਬਾਹਰ ਰੱਖਿਆ ਨਾ ਮੈਂ ਆਪਣੀ ਨਸ ਕੱਟ ਲੈਣੀ। ਅੱਜ ਨਹੀਂ ਲਾ ਸਕਦੀ ਤੂੰ ਮੈਨੂੰ, ਅੱਜ ਨਹੀਂ ਰੁਕਾਂਗੀ ਮੈਂ। ਮੰਮੀ ਮੈਂ ਤੈਨੂੰ ਆਖਰੀ ਵਾਰ ਕਹਿੰਦੀ ਹਾਂ ਪਲੀਜ਼ ਨਾ ਜਾਇਓ। ਅੱਜ ਨਾ ਮੈਂ ਉਹਦਾ ਚਾਪਾ ਹੀ ਖਤਮ ਕਰਕੇ ਆਣਾ ਉਸ ਵੀਰ ਦਾ। ਮੰਮੀ ਮਾਹੀ ਦੀਦੀ ਹਾਏ ਮਾਹੀ ਆ ਕੀ ਕਰਤਾ? ਮੰਮੀ ਤੂੰ ਤੂੰ ਇੱਥੇ ਰੋ, ਮੈਂ ਪੱਟੀ ਲੈ ਕੇ ਆਇਆ। ਹਾਏ ਕੁੜੀਏ ਆ ਕੀ ਕਰ ਲਿਆ, ਇਹਦੀ ਕੀ ਲੋੜ ਸੀਗੀ, ਸਮਝ ਨਹੀਂ ਆਉਂਦਾ ਤੈਨੂੰ, ਕੰਬਲੀ ਹੋਈ ਪਈ ਹੈ। ਆ ਕਰ ਕੀ ਲਿਆ ਤੂੰ ਕੁੜੀਏ, ਵਿੱਕੀ ਕਮਰੇ ਚ ਲੈ ਕੇ ਜਾਏ ਨੂੰ ਤੂੰ ਕੀ ਕਰਨਾ? ਮੈਂ ਆਪੇ ਚਲ ਜਾਊਂਗੀ ਆਪਣੇ ਕਮਰੇ ਚ। ਮਾਤਾ ਰਾਣੀ ਦੀ ਸੌਣ ਲੱਗੀ, ਜੇ ਤੁਸੀਂ ਵੀਰ ਨੂੰ ਕੁਝ ਵੀ ਦੱਸਿਆ ਤੇ ਪਲੀਜ਼ ਵੀਰ ਨੂੰ ਨਾ ਦੱਸਿਓ ਕਿ ਮੈਂ ਆਪਣੀ ਦੁਕਾਨ ਉਹਦੇ ਲਈ ਵੇਚਦੀ। ਪਲੀਜ਼ ਮੰਮੀ ਬੇੜਾ ਤਰ ਗਿਆ ਕੁੜੀਏ, ਤੂੰ ਕਿਸੇ ਦੇ ਵਸਤੇ ਨਹੀਂ ਰਹੀ, ਤੂੰ ਕਮਲੀ ਹੋ ਗਈ ਹੈ, ਕਮਲੀ ਵੀਰ ਦੇ ਇਸ਼ਕ ਦੀ ਉੱਜੜ ਗਈ ਹੈ ਤੂੰ ਮਾਹੀ, ਉੱਜੜ ਗਈ ਹੈ ਤੂੰ ਧੀਏ।
ਰੁਕੋ ਡਰਾਈਵਰ। ਹਾਂਜੀ ਮੰਮਾ। ਕਿੱਥੇ ਹੈ ਸਿਮਰਨ? ਕਿੱਥੇ ਹੋ ਸਕਦੀ ਹੈ ਮੰਮਾ? ਬਸ ਪਹੁੰਚ ਗਈ ਫੇਰ ਕਿਸੇ ਦੀ ਮਦਦ ਕਰਨ। ਤੇਰਾ ਵੀ ਨਾ ਪਤਾ ਨਹੀਂ ਚੱਲਦਾ, ਇੱਕ ਹੱਥੋਂ ਕਮਾਨੀ ਹੈ ਤੇ ਦੂਜੇ ਹੱਥੋਂ ਦਾਨ ਵੀ ਕਰ ਦਿੰਦੀ ਹੈ, ਔਰ ਕਿਸੇ ਨੂੰ ਪਤਾ ਵੀ ਨਹੀਂ ਚੱਲਣ ਦਿੰਦੀ। ਕਿਸੇ ਨੂੰ ਦੱਸ ਕੇ ਕੀਤੀ ਮਦਦ ਤਾਂ ਉਹ ਮਦਦ ਨਹੀਂ ਹੋਈ ਮੰਮਾ, ਉਹ ਤਾਂ ਦਿਖਾਵਾ ਹੋਇਆ ਨਾ। ਔਰ ਤੁਹਾਨੂੰ ਪਤਾ ਹੈ ਕਿ ਮੈਨੂੰ ਦਿਖਾਵਿਆਂ ਦੀ ਦੁਨੀਆ ਬਿਲਕੁਲ ਪਸੰਦ ਨਹੀਂ। ਆਓ ਮਾਹੀ ਜੀ ਆਓ। ਵੀਰ ਸਿਆ ਤੇਰਾ ਤਾਂ ਅੱਜ ਵਾਕੀ ਸਵਾਗਤ ਹੋ, ਆ ਜਾ। ਗੁੱਡ ਮਾਰਨਿੰਗ ਸਲੀਡਿਆ। ਆ ਸਰੀਨ ਜੀ ਨੂੰ ਦੱਸਿਆ ਸੀ ਨਾ ਤੂੰ ਇੱਥੇ ਆਉਣ ਲਈ? ਹੁਣ ਆਓ ਮੈਦਾਨ ਚ, ਖਿਡਾਰੀ ਤਿਆਰੀ ਕਰਕੇ ਆਇਆ ਅੱਜ। ਆਪਣੇ ਭੈਣ ਭਰਾ ਕਿੰਨੀ ਮਦਦ ਕਰਦੇ, ਆਪਾਂ ਵੀ ਨਾ ਪੰਚਾਇਤ ਜਾ ਕੇ ਛੇਤੀ ਛੇਤੀ ਉਹਨਾਂ ਦੀ ਮਦਦ ਕਰਦੇ। ਠੀਕ ਕਹਿ ਰਿਹਾ ਤੂੰ ਵਿੱਕੀ। ਹੈਲੋ, ਗੁੱਡ ਮਾਰਨਿੰਗ। ਸਾਰਿਆਂ ਨੂੰ, ਮੈਂ ਤੇਜਿੰਦਰ ਸਿੰਘ ਇਸ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਤੇ ਤੁਹਾਡੇ ਹਿੱਤ ਵਿੱਚ ਇੱਕ ਫੈਸਲਾ ਲਿਆ। ਉਹ ਫੈਸਲਾ ਇਹ ਹੈ ਕਿ ਡੈਡੀ ਜੀ ਤੁਹਾਡਾ ਫੋਨ ਤੇ ਸਾਇਲੈਂਟ ਤੇ ਹੈ ਨਾ, ਮੈਨੂੰ ਲੱਗਦਾ ਤੁਹਾਡਾ ਫੋਨ ਸੈਲੀਬ੍ਰੇਟ ਕਰਨ ਡਿਆ। ਉਹ ਸੈਲੀਬ੍ਰੇਟ ਨਹੀਂ ਵਾਈਬ੍ਰੇਟ ਹੁੰਦਾ, ਇੱਕ ਤਾਂ ਤੇਰੀ ਮਾਂ ਨੇ ਤੈਨੂੰ ਵਿਗਾੜਿਆ ਨਾ ਹੁੰਦਾ ਤੇ ਥੋੜਾ ਬਹੁਤ ਪੜ ਜਾਂਦਾ, ਉਹ ਥੋੜਾ ਬਹੁਤ ਦਸਵੀਂ ਕੀਤੀ ਹੁੰਦੀ ਤਾਂ ਜਿਹੜੇ ਥਾਂ ਥਾਂ ਮੇਰੀ ਬੇਇੱਜ਼ਤੀ ਕਰਾਉਣਾ ਫਿਰਦਾ ਨਾ ਉਹ ਨਾ ਹੁੰਦੀ। ਚਲੋ ਠੀਕ ਆ ਠੀਕ ਆ, ਮੈਨੂੰ ਭੁਲੇਖਾ ਲੱਗ ਜਾਣਾ, ਤੁਸੀਂ ਕਰੋ ਆਪਣਾ ਕੰਟੀਨਿਊ। ਸਤਿ ਸ਼੍ਰੀ ਅਕਾਲ। ਹੱਡੀਆਂ ਦੇ ਬਹੁਤ ਵੱਡੇ ਡਾਕਟਰ ਨੇ, ਨਾਲੇ ਚੰਡੀਗੜ੍ਹ ਚ ਇਹਨਾਂ ਦਾ ਬਹੁਤ ਵੱਡਾ ਕਲੀਨਿਕ ਵੀ ਹੈਗਾ। ਅੱਛਾ 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 ਪੁੱਤਰ ਜੀ, ਸਾਡੇ ਪਿੰਡ ਤੋਂ ਜਾਣ ਲੱਗੇ ਨਾ ਮੈਨੂੰ ਗੋਡਿਆਂ ਦੀ ਦਵਾਈ ਦੇ ਕੇ ਜਰੂਰ ਜਾਇਓ। ਆ ਸਰਦੀਆਂ ਦੇ ਮੌਸਮ ਦੇ ਵਿੱਚ ਨਾ ਗੋਡੇ ਲੱਤਾਂ ਨੂੰ ਖੜੀਆਂ ਹੋਣੇ ਨਹੀਂ ਦਿੰਦੇ। ਹੋਰ ਦੱਸੋ ਕਿੱਦਾਂ ਆਉਣੇ ਹੋਏ? ਦਰਅਸਲ
ਦਰਅਸਲ ਸਰਪੰਚ ਡਾਕਟਰ ਸ੍ਰੀ ਨਾ ਸਾਲ ਚ 3 ਵਾਰ ਮੈਡੀਕਲ ਕੈਂਪ ਲਾਉਂਦੇ ਆ ਗਰੀਬ ਤੇ ਜ਼ਰੂਰਤਮੰਦ ਲੋਕਾਂ ਲਈ। ਇਸ ਵਾਰ ਨਾ ਇਹ ਚਾਹੁੰਦੇ ਨੇ ਕਿ ਸਾਡੇ ਪਿੰਡ ਆ ਕੇ ਮੈਡੀਕਲ ਕੈਂਪ ਲਾਉਣ ਪੰਚਾਇਤੀ ਸਭਾ। ਬਹੁਤ ਚੰਗਾ ਕੰਮ ਹੈ ਤਾਂ, ਨਹੀਂ ਤਾਂ ਅੱਜ ਕੱਲ ਦੇ ਡਾਕਟਰ ਤਾਂ ਪੈਸੇ ਕਮਾਉਣ ਦੇ ਢੰਗ ਲੱਭਦੇ ਰਹਿੰਦੇ ਆ। ਕਦੋਂ ਕਰਨਾ ਤੁਸੀਂ ਇਹ ਕੈਂਪ? ਜਿੰਨਾ ਛੇਤੀ ਹੋ ਸਕੇ ਸਰਪੰਚ ਜੀ, ਰੱਬ ਦੀ ਮਿਹਰ ਹੋਏ ਮੈਂ ਤਾਂ ਕੱਲ ਹੀ ਲਗਾ ਲਾਂਗੀ। ਕੱਲ? ਹਾਂ ਪੁੱਤਰ, ਮੈਂ ਮਾਫੀ ਚਾਹੁੰਦਾ ਤੁਹਾਡੇ ਤੋਂ। ਸਰਪੰਚ ਜੀ, ਮਾਫੀ ਕਾਹਦੇ ਦੀ? ਇਹ ਕੈਂਪ ਇਸ ਵਾਰ ਤਾਂ ਨਹੀਂ ਲੱਗ ਸਕਦਾ। ਕਿਉਂ, ਕੀ ਹੋਇਆ ਸਰਪੰਚ ਜੀ? ਆ ਮੈਡੀਕਲ ਕੈਂਪ ਤਾਂ ਚੰਗਾ ਸਾਡੇ ਪਿੰਡ ਦੇ ਲੋਕਾਂ ਲਈ। ਸਾਡੇ ਪਿੰਡ ਚ ਕਿੰਨੇ ਬਜ਼ੁਰਗ ਲੋਕ ਨੇ ਬੇਚਾਰੇ, ਜਿਨ੍ਹਾਂ ਦੇ ਹੱਡੀਆਂ ਚ ਪੀੜ ਹੁੰਦੀ ਰਹਿੰਦੀ ਹੈ। ਨਾਲੇ ਤੁਸੀਂ ਆਪੇ ਤਾਂ ਕਿਹਾ ਕਿ ਤੁਹਾਡੀਆਂ ਹੱਡੀਆਂ ਵੀ ਦੁਖਦੀਆਂ ਰਹਿੰਦੀਆਂ, ਗੋਡੇ ਚ ਪ੍ਰੋਬਲਮ ਆ, ਫੇਰ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਨਾ। ਤੂੰ ਜੋ ਕਹਿ ਰਹੀ ਹੈ ਪੁੱਤਰ ਬਿਲਕੁਲ ਠੀਕ ਹੈ। ਇਹ ਕੈਂਪ ਪਿੰਡ ਵਾਲਿਆਂ ਵਾਸਤੇ ਬਹੁਤ ਹੀ ਵਧੀਆ ਰਹੇਗਾ, ਪਰ ਮੈਂ ਮਜਬੂਰ ਹਾਂ। ਕੀ ਮਜਬੂਰੀ ਹੈ ਸਰਪੰਚ ਸਾਹਿਬ? ਇਹ ਪੰਚਾਇਤੀ ਜ਼ਮੀਨ ਪਹਿਲਾਂ ਹੀ ਬੁੱਕ ਹੋ ਚੁੱਕੀ ਹੈ ਪੁੱਤਰ। ਕਿਹਨੇ ਬੁੱਕ ਕੀਤੀ ਹੈ ਸਰਪੰਚ ਜੀ? ਆਏ ਜੋ ਹੱਥ ਨਾਲ ਕੱਪੜਾ ਬੁਣ ਕੇ ਵੇਚਦੇ ਨੇ ਉਹਨਾਂ ਨੂੰ। ਤੁਹਾਡਾ ਮਤਲਬ ਹੈਂਡਲੂਮ ਵਾਲਿਆਂ ਨੇ? ਹਾਂਜੀ ਹਾਂਜੀ, ਮੈਂ ਤਾਂ ਪਹਿਲਾਂ ਹੀ ਕਾਗਜ਼ ਪੱਤਰ ਸਾਈਨ ਕਰਕੇ ਉਹਨਾਂ ਨੂੰ ਦੇ ਚੁੱਕਾ ਪੁੱਤਰ। ਸਰਪੰਚ ਜੀ, ਤੁਸੀਂ ਨਾ ਜੀ ਇੱਕ ਸੁਲਝੇ ਹੋਏ ਤੇ ਬਹੁਤ ਹੀ ਕਾਬਿਲ ਸਰਪੰਚ ਹੋ ਸਾਡੇ ਪਿੰਡ ਦੇ, ਤੁਸੀਂ ਤਾਂ ਇਸ ਚੀਜ਼ ਨੂੰ ਸਮਝੋ। ਪੰਚਾਇਤ ਆਪਣਾ ਫੈਸਲਾ ਸੁਣਾ ਦਿੱਤੀ ਹੈ ਤੇ ਹੁਣ ਇਸ ਗੱਲ ਦੇ ਉੱਤੇ ਦੁਬਾਰਾ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਹੈ। ਚਲੋ ਵੀਰ ਮਾਹੀ, ਤੁਹਾਡੇ ਦੋਵਾਂ ਕਰਕੇ ਫਿਲਹਾਲ ਜਗ੍ਹਾ ਤਾਂ ਫਾਈਨਲ ਹੋ ਹੀ ਗਈ ਹੈ ਕੈਂਪ ਦੀ, ਤੇ ਹੁਣ ਬਾਕੀ ਦੀਆਂ ਤਿਆਰੀਆਂ ਮੈਂ ਸ਼ੁਰੂ ਕਰਨੀਆਂ ਨੇ। ਐਨੀਵੇਜ਼, ਤੁਹਾਡਾ ਕੰਮ ਤਾਂ ਹੁਣ ਖਤਮ ਹੋ ਗਿਆ ਹੈ, ਪਰ ਮੇਰਾ ਕੰਮ ਹੁਣ ਸ਼ੁਰੂ ਹੋਇਆ ਹੈ ਤੇ ਹੁਣ ਮੈਂ ਚੱਲਦੀ ਹਾਂ, ਬਾਕੀ ਦੀਆਂ ਤਿਆਰੀਆਂ ਵੀ ਕਰਨੀਆਂ ਨੇ। ਨਹੀਂ ਨਹੀਂ ਡਾਕਟਰ ਸਰੀਨ, ਤੁਸੀਂ ਐਵੇਂ ਕਿਵੇਂ ਜਾ ਸਕਦੇ ਹੋ? ਤੁਸੀਂ ਸਾਡੇ ਪਿੰਡ ਆਏ ਹੋ, ਅਸੀਂ ਚਾਹ ਪਲਾਏ ਬਿਨਾਂ ਨਹੀਂ ਜਾਣ ਦੇਣਾ। ਨਹੀਂ ਨਹੀਂ ਨਿੰਮੋ, ਫਿਲਹਾਲ ਮੈਨੂੰ ਬਹੁਤ ਲੇਟ ਹੋ ਰਿਹਾ, ਮੈਨੂੰ ਜਾਣਾ ਪੈਣਾ। ਮੈਂ ਪੁੱਛਿਆ ਨਹੀਂ ਹੈ, ਆਰਡਰ ਦਿੱਤਾ, ਤੁਸੀਂ ਏਦਾਂ ਨਹੀਂ ਜਾਣਾ। ਨਾਲੇ ਮੇਰੀ ਹੱਥ ਦੀ ਚਾਹ ਨਾ ਬੜੀ ਮਸ਼ਹੂਰ ਹੈ, ਮੇਰੇ ਡੈਡੀ ਜੀ ਦੇ ਢਾਬੇ ਤੇ ਨਾ ਲੋਕੀ ਆ ਕੇ ਪੁੱਛਦੇ ਨੇ ਕਿ ਨਿੰਮੋ ਕਦੋਂ ਆਉਗੀ, ਅਸੀਂ ਤਾਂ ਉਹਦੇ ਹੀ ਹੱਥ ਦੀ ਚਾਹ ਪੀਣੀ ਹੈ। ਜੇ ਨਹੀਂ ਵਿਸ਼ਵਾਸ ਨਾ ਪੁੱਛੋ ਵੀਰ ਜੀ ਨੂੰ, ਹੈ ਨਾ ਵੀਰ ਜੀ? ਹੋਰ ਡਾਕਟਰ, ਤੁਹਾਨੂੰ ਪਤਾ ਬਚਪਨ ਤੋਂ ਨਾ ਇਹਦਾ ਫੇਵਰੇਟ ਬਣਨਾ ਹੈਗਾ, ਘਰੇ ਆਏ ਪ੍ਰਾਹੁਣਿਆਂ ਨੂੰ ਨਾ ਰੋਕ ਲੈਂਦੀ ਸੀਗੀ ਤਾਂ ਕਿ ਇਹਨੂੰ ਪੜ੍ਹਾਈ ਨਾ ਕਰਨੀ ਪਵੇ। ਡਾਕਟਰ ਇੰਨਾ ਕਹਿੰਦੀ ਹੈ ਤੇ ਅੱਜ ਉਹਨਾਂ ਘਰ ਚਾਹ ਪੀ। ਚਲੋ ਜੇ ਇਹ ਗੱਲ ਹੈ ਫਿਰ ਤਾਂ ਇੱਕ ਕੱਪ ਹੋ ਹੀ ਜਾਏ, ਵੈਸੇ ਵੀ ਠੰਡ ਬਹੁਤ ਹੋ ਰਹੀ ਹੈ, ਤੇ ਚਲੋ ਫਿਰ। ਆ
ਮਾਸੀ ਜੀ ਮੈਂ ਸੱਜਾ ਮੋਢਾ ਕਹਿਣ ਦੀ ਆ। ਆ ਪ੍ਰੀਤੋ ਮੇਰੇ ਤੋਂ ਆ ਢਾਬਾ ਤੇ ਪ੍ਰੋਪਰਟੀ ਨਾ ਲੈ ਲਵੇ ਕਿਤੇ, ਉਹਦੇ ਲਈ ਕਿੰਨਾ ਕੁਝ ਕਰਨਾ ਪੈਣ ਡਿਆ ਮੈਨੂੰ ਸੱਚੀ। ਹੁਣ ਆ ਵੀ ਨਹੀਂ ਕਹਿਣ ਡਈ ਕਿ ਮਾਸੀ ਜੀ ਬਸ ਕਰੋ, ਇੰਨੀ ਦੇਰ ਦੀ ਮਾਲਿਸ਼ ਕਰਨ ਡਏ ਹੋ, ਹੱਥ ਦੁੱਗੇ ਹੋਣੇ ਤੁਹਾਡੇ। ਮੰਮੀ ਜੀ ਆ ਕੀ ਚੱਲਣ ਡਿਆ? ਓਹੋ ਕੁਝ ਨੀ ਕੁਝ ਨੀ। ਮੰਮੀ ਜੀ ਆ ਡਾਕਟਰ ਸਰੀਨ ਨੇ। ਡਾਕਟਰ ਸਰੀਨ ਆ ਮੇਰੇ ਮੰਮੀ ਜੀ ਨੇ, ਵੀਰ ਜੀ ਦੇ ਮਾਮੀ ਜੀ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ ਧੀਏ। ਡਾਕਟਰ ਸਰੀਨ ਆ ਪ੍ਰੀਤੋ ਹੈ, ਮੇਰੀ ਮਾਸੀ ਦੀ ਕੁੜੀ। ਇਹਨਾਂ ਦੇ ਜਦੋਂ ਦੇ ਮੰਮੀ ਡੈਡੀ ਗੁਜ਼ਰੇ ਨੇ ਨਾ, ਇਹ ਸਾਡੇ ਨਾਲ ਹੀ ਰਹਿੰਦੇ ਨੇ। ਸਤਿ ਸ਼੍ਰੀ ਅਕਾਲ ਪ੍ਰੀਤੋ ਜੀ, ਚੰਗਾ ਲੱਗਿਆ ਤੁਹਾਨੂੰ ਮਿਲ ਕੇ। ਮੰਮੀ ਜੀ ਡਾਕਟਰ ਸਰੀਨ ਨਾ ਹੱਡੀਆਂ ਦੇ ਡਾਕਟਰ ਨੇ, ਸਾਡੇ ਪਿੰਡ ਚ ਮੈਡੀਕਲ ਕੈਂਪ ਲਾਉਣ ਲੱਗੇ ਨੇ। ਅੱਛਾ ਅੱਛਾ, ਤੁਸੀਂ ਸਾਰੇ ਬੈਠੋ ਤੇ ਮੈਂ ਹੁਣੇ ਆਨੀ ਆ। ਆਓ ਨਾ ਪਲੀਜ਼। ਥੈਂਕ ਯੂ। ਉਹ ਪਤਾ ਮਾਲੀ ਖੋਰੇ ਕੀ ਕਰਨਾ ਹੈ ਸਾਡੇ ਘਰੇ। ਸ਼ੁਕਰ ਹੈ ਰੱਬਾ ਕਿ ਇਹਨੇ ਮੈਨੂੰ ਪ੍ਰੀਤੋ ਦੇ ਮੋਢੇ ਘੁੱਟਦੇ ਨਹੀਂ ਵੇਖਿਆ ਹੈਗਾ, ਨਹੀਂ ਤਾਂ ਇਹਨੇ ਆਪਣੀ ਮਾਂ ਨੂੰ ਦੱਸ ਦੇਣਾ ਸੀ। ਇਹ ਰੱਬਾ ਤੂੰ ਮੇਰੀ ਇੱਜ਼ਤ ਬਚਾ ਲਈ ਹੈ। ਚਲੋ ਵੀਰ, ਜਗ੍ਹਾ ਤੇ ਵੈਸੇ ਹੁਣ ਫਾਈਨਲ ਹੋ ਹੀ ਗਈ ਹੈ, ਮੈਨੂੰ ਲੱਗਦਾ ਬਾਕੀ ਦੀਆਂ ਤਿਆਰੀਆਂ ਵੀ ਜਲਦੀ ਹੋ ਜਾਣਗੀਆਂ ਤੇ ਤੁਹਾਡਾ ਫੌਜੀ ਬਣਨ ਦਾ ਸੁਪਨਾ ਵੀ ਪੂਰਾ ਹੋ ਜਾਣਾ ਹੈ। ਤੁਸੀਂ ਸਾਰੇ ਬਹਿ ਕੇ ਗੱਲਾਂ ਕਰੋ, ਮੈਂ ਚਾਹ ਬਣਾ ਕੇ ਲਿਆਉਂਦੀ ਹਾਂ। ਡਾਕਟਰ ਕੁਝ ਹੋਰ ਚਾਹੀਦਾ ਤੇ ਹਜੇ ਦੱਸ ਦਿਓ। ਵੀਰ ਹੁਣ ਮੈਨੂੰ ਨਾ ਵਾਲੰਟੀਅਰਸ ਦੀ ਲਿਸਟ ਚਾਹੀਦੀ ਸੀ। ਕੋਈ ਚੱਕਰ ਨੀ, ਮੈਂ ਵਾਲੰਟੀਅਰ ਦੀ ਲਿਸਟ ਬਣਾ ਦਿੰਦਾ ਤੇ ਤੁਹਾਨੂੰ ਦੇ ਦਾਂਗਾ। ਜੇ ਕੁਝ ਹੋਰ ਵੀ ਚਾਹੀਦਾ ਹੈ ਤਾਂ ਹਜੇ ਦੱਸ ਦਿਓ। ਬਾਕੀ ਤਾਂ ਬਸ ਕੁਝ ਕੈਂਪ ਲਾਉਣ ਦੀਆਂ ਤਿਆਰੀਆਂ ਕਰਨੀਆਂ ਹੋਣਗੀਆਂ, ਕੁਝ ਮੇਰੇ ਵੱਲੋਂ ਰਹਿਣਗੀਆਂ ਜਿਵੇਂ ਕਿ ਬਾਡੀ ਹੀਟਰ ਵਗੈਰਾ ਜਾਂ ਮਸ਼ੀਨਸ ਲੈ ਕੇ ਆਣੀਆਂ, ਤੇ ਬਾਕੀ ਤੁਹਾਡੇ ਵੱਲੋਂ ਰਹਿਣਗੀਆਂ ਟੈਂਟ, ਪਾਣੀ, ਬਿਜਲੀ ਦਾ ਇੰਤਜ਼ਾਮ ਕਰਨਾ, ਇਹ ਸਾਰਾ ਕੁਝ। ਉਹਦੀ ਤੁਸੀਂ ਫਿਕਰ ਨਾ ਕਰੋ, ਆ ਸਭ ਕੁਝ ਆਪਾਂ ਕਰ ਦਾਂਗੇ। ਫੇਰ ਤਾਂ ਭਾਵੇਂ ਕੈਂਪ ਆਪਾਂ ਅੱਜ ਹੀ ਲਾ ਕੇ ਬੈਠ ਜਾਈਏ। ਸਿਮਰਨ ਜੀ ਕਿਹੜੀ ਸੋਚਾਂ ਚ ਪੈ ਗਏ? ਸਭ ਤੋਂ ਮੇਨ ਗੱਲ ਤਾਂ ਰਹਿ ਗਈ, ਮੈਨੂੰ ਆਪਣੇ ਰਹਿਣ ਦਾ ਇੰਤਜ਼ਾਮ ਵੀ ਕਰਨਾ ਪੈਣਾ ਹੈ ਕਿਉਂਕਿ ਚੰਡੀਗੜ੍ਹ ਤੋਂ ਡੇਲੀ ਅਪ ਡਾਊਨ ਕਰਨਾ ਮੇਰੇ ਲਈ ਪੋਸੀਬਲ ਨਹੀਂ ਹੋਊਗਾ। ਸਰੀਨ ਜੀ ਇੱਥੇ ਤਾਂ ਨੇੜੇ ਤੇੜੇ ਕੋਈ ਹੋਟਲ ਵੀ ਨਹੀਂ ਹੈਗਾ ਜਿੱਥੇ ਤੁਸੀਂ ਰਹਿ ਸਕੋ। ਮਾਹੀ ਉੱਠ ਜਾ, ਹੁਣ ਕਿੰਨੀ ਦੇਰ ਤੱਕ ਸੋਏਗੀ, ਛੇਤੀ ਕਰ ਆ ਜਾ ਬਾਹਰ। ਵੀਰ ਵਿੱਕੀ ਇੱਕ ਦਿਨ ਨਾ ਮੇਰਾ ਰੋਕਾ ਹੋ ਜਾਣਾ, ਫਿਰ ਵਿਆਹ ਦੀ ਤਰੀਕ ਵੀ ਪੱਕੀ ਹੋ ਜੂਗੀ। ਹਾਂ ਫਿਰ ਵਿਆਹ ਦੇ ਕਾਰਡ ਵੀ ਛਪ ਜਾਣਗੇ। ਹਾਂ ਫਿਰ ਮੇਰੀ ਹਲਦੀ ਹੋਊਗੀ। ਹਾਂ ਤੇ ਫਿਰ ਮੇਰਾ ਸੰਗੀਤ ਹੋਊਗਾ।
हां फिर मेरा ब्याह भी हो जूगा। तू मेरे न्याणियां दा मामा बन जाएगा। हां की है मारन तो नहीं है कबूतरी जी। मैं ना के होर नाल ब्याह करा के चल जांगी पर तेरे नाल नहीं कराना। पैगी कल पल्ले के होर नाल ब्याह करके चल जांगी मतलब। हां हुण आई ना समझ तेनू चमचड़िक। मेरी मां ने ना मेरे लिए रिश्ते लभने शुरू करते ने ते सारे रिश्तेदारां नू भी कहता है कि मेरे लिए वधिया जा रिश्ता लभण लई। वेख यार विक्की ਹੁਣ ਆਪਣੀ ਨਾ ਮਖੌਲ ਕਰਨ ਵਾਲੀ ਉਮਰ ਨਿਕਲ ਗਈ ਹੈ। ਜੇ ਤੂੰ ਚਾਹੁੰਦਾ ਹੈ ਨਾ ਮੈਂ ਪੂਰੀ ਉਮਰ ਤੇਰੀ ਜ਼ਿੰਦਗੀ ਦਾ ਹਿੱਸਾ ਬਣਾ ਤੇ ਤੈਨੂੰ ਕੁਝ ਕਰਨਾ ਪੈਣਾ ਨਹੀਂ ਤਾਂ ਮੈਂ ਹੋ ਜਾਵਾਂਗੀ ਕਿਸੇ ਹੋਰ ਦੀ। ਫਿਰ ਵਾਰਦਾ ਰਹੀ ਪੈਸੇ ਆਪਣੀ ਮਸ਼ੂਕ ਦੇ ਵਿਆਹ ਤੇ ਫੇਰ ਨਾ ਇਹੋ ਜਿਹੀ ਗੱਲ ਬਾਰੇ ਸੋਚੀ ਵੀ ਨਾ। ਤੂੰ ਮੇਰੀ ਹੈ ਮੇਰੀ ਰਹੇਗੀ ਲੱਗੀ ਸਮਝ। ਤੇ ਫਿਰ ਛੇਤੀ ਕੁਝ ਕਰਨਾ ਵਿੱਕੀ ਮੈਨੂੰ ਕਿਹੜਾ ਸ਼ੌਂਕ ਚੜਿਆ ਕਿਸੇ ਹੋਰ ਨਾਲ ਵਿਆਹ ਕਰਾਉਣ ਦਾ। ਮੈਂ ਤੈਨੂੰ ਦਿਲ ਦਿੱਤਾ ਵਾਅਦੇ ਤੇਰੇ ਨਾਲ ਕੀਤੇ ਨੇ ਤੇ ਨਿਭਾਉਂਗੀ ਵੀ ਤੇਰੇ ਨਾਲ ਹੀ ਨਾ। ਇਸ ਲਈ ਸਾਡੇ ਸਾਂਝੇ ਸੁਪਨੇ ਨੂੰ ਪੂਰਾ ਕਰਨ ਲਈ ਤੈਨੂੰ ਆਪਣੀ ਮੰਮੀ ਨਾਲ ਗੱਲ ਕਰਨੀ ਪੈਣੀ ਹੈ। ਯਾਰ ਸਾਡੇ ਵੱਲ ਤਾਂ ਧੀਆਂ ਦੇ ਵਿਆਹ ਪਹਿਲਾਂ ਹੁੰਦੇ ਨੇ ਹੁਣ ਮਾਹੀ ਦੀਦੀ ਘਰੇ ਕੁਆਰੇ ਬੈਠੇ ਨੇ ਤੇ ਜੇ ਮੈਂ ਆਪਣੇ ਵਿਆਹ ਦੀ ਗੱਲ ਛੇੜਤੀ ਤੇ ਹੋਰ ਕਲੇਸ਼ ਪੈ ਜਾਣ। ਕਿਵੇਂ ਪੁੱਛਾਂਗਾ ਯਾਰ ਮੈਂ ਮੰਮੀ ਨੂੰ। ਓਏ ਕਿਹੜੀ ਸੋਚੀ ਪੈ ਗਈ ਹੈ। ਕੁਛ ਨਹੀਂ। ਅੱਛਾ ਨਿੰਮੋ ਤੂੰ ਫਿਕਰ ਨਾ ਕਰ ਮੈਂ ਹੈਗਾ ਹਾਂ ਨਾ ਤੇਰੇ ਨਾਲ ਮੈਂ ਮੰਮੀ ਨਾਲ ਪੱਕਾ ਗੱਲ ਕਰਾਂ। ਸੱਚੀ ਹੁਣ ਸਿਰਫ ਮਾਹੀ ਦੀਦੀ ਮੇਰੀ ਆ ਮੁਸੀਬਤ ਨੂੰ ਸੁਲਝਾ ਸਕਦੇ ਨੇ ਉਹਨਾਂ ਨਾਲ ਹੀ ਗੱਲ ਕਰਨੀ ਪੈਣੀ ਹੈ। ਜ਼ਿੰਦਗੀ 'ਚ ਨਾ ਤਿੰਨ ਚੀਜ਼ਾਂ ਤਾਂ ਨਾ ਭਾਗਾਂ ਵਾਲਿਆਂ ਨੂੰ ਮਿਲਦੀਆਂ ਨੇ ਇੱਕ ਤਾਂ ਸੱਚਾ ਪਿਆਰ ਇੱਕ ਸੱਚੇ ਦੋਸਤ ਤੇ ਪੇਪਰਾਂ 'ਚ ਫੇਲ ਹੋ ਕੇ ਚੁੱਪ ਕਰਨ ਵਾਲੇ ਨਾ ਰਿਸ਼ਤੇਦਾਰ। ਹਾਂ ਤੇ ਮੈਂ ਤਾਂ ਇੰਨੀ ਭੈੜੀ ਕਿਸਮਤ ਲੈ ਕੇ ਜੰਮੀ ਹਾਂ। ਪੈਦਾ ਹੁੰਦੇ ਹੀ ਮੇਰੇ ਮਾਂ ਪਿਓ ਮਰ ਗਏ ਰਿਸ਼ਤੇਦਾਰਾਂ ਨੇ ਪਾਲਿਆ ਤੇ ਉਹ ਵੀ ਏਡੇ ਨਿਕੰਮੇ ਨੇ ਕਿ ਇੱਕ ਦੋਸਤ ਤੱਕ ਨਹੀਂ ਬਣਨ ਦਿੱਤਾ ਮੇਰਾ। ਬਸ ਇੱਕ ਮੁੰਡਾ ਪਸੰਦ ਕੀਤਾ ਮੈਂ ਤੇ ਉਹ ਵੀ ਨੀ ਮੈਨੂੰ ਮਿਲਦਾ ਪਿਆ। ਸੋਚਿਆ ਸੀ ਕਿ ਵੀਰ ਦੀਰ ਦਾ ਕਮਰਾ ਸਾਫ ਕਰਾਂਗੇ ਹਰ ਚੀਜ਼ ਉਹਨਾਂ ਦੀ ਪਸੰਦ ਦੀ ਲਾਵਾਂਗੇ ਉਹਨਾਂ ਦੀ ਪਸੰਦ ਦੇ ਪਰਦੇ ਉਹਨਾਂ ਦੀ ਪਸੰਦ ਦੀ ਚਾਦਰ ਹਰ ਛੋਟੀ ਤੋਂ ਛੋਟੀ ਚੀਜ਼ ਉਹਨਾਂ ਦੀ ਪਸੰਦ ਦੀ। ਪਰ ਕਰਨ ਕੀ ਡਈ ਆ ਮੈਂ ਉਸ ਡਾਕਟਰ ਨੀ ਮੇਮ ਲਈ ਵੀਰ ਦੀਰ ਦਾ ਕਮਰਾ ਸਾਫ ਕਰਨ ਡਈ ਆ। ਕੱਪੜੇ ਵੇਖੋ ਕਿੱਦਾਂ ਦੇ ਪਾਉਂਦੀ ਆ ਅੰਗਰੇਜ਼ਾਂ ਵਰਗੇ ਖੋਰੇ ਕਿਹੋ ਜਿਹੀ ਕੁੜੀ ਹੈ ਜਿਹੜੀ ਪਿੰਡ ਚ ਵੀ ਆ ਕੇ ਜੀਨਸ ਟੋਪ ਪਾਉਂਦੀ ਆ। ਹਾਏ ਮਰ ਜਾਣੀ ਨਾ ਤੇ ਸੋਹਣੀ ਤਾਂ ਬਹੁਤ ਲੱਗਦੀ ਆ। ਹਾਏ ਜੇ ਉਹਨੇ ਵੀਰ ਡੀਅਰ ਨੂੰ ਪਟਾ ਲਿਆ ਫਿਰ। ਹਾਏ ਨਹੀਂ 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 ਮੈਂ ਤਾਂ ਵੀਰ ਡੀਅਰ ਨੂੰ ਉਸ ਬਦਾਮਾ ਵਾਲੀ ਦਾ ਨਹੀਂ ਹੋਣ ਦਿੱਤਾ ਇਸ ਡਾਕਟਰ ਨੇ ਤਾਂ ਕਿੱਦਾਂ ਹੋਣ ਦਿਆਂਗੀ। ਹਾਂ ਵੀਰ ਡੀਅਰ ਸਿਰਫ ਮੇਰੇ ਨੇ ਹਾਂ ਹਾਂ ਮੇਰੇ ਨੇ ਵੀਰ ਡੀਅਰ ਤੇ ਮੇਰੇ ਹੀ ਰਹਿਣਗੇ ਹਮੇਸ਼ਾ। ਹਾਂ ਵੀਰ ਡੀਅਰ ਮੇਰੇ ਨੇ। ਹਾਏ ਹਾਏ ਭਲਾ ਹੋ ਜੇ ਤੇਰਾ ਮੈਂ ਇੰਨੀ ਉੱਚੀ ਉੱਚੀ ਬੋਲ ਕੇ ਤੂੰ ਸਾਰੇ ਪਿੰਡ ਨੂੰ ਸੁਣਾਉਣਾ ਚਾਹੁੰਦੀ ਹੈ। ਏ ਮਾਸੀ ਜੀ ਇੰਨੀ ਝੂਠ ਦੀ ਬੋਲਿਆ ਗਿਆ ਮੈਨੂੰ। ਗਵਾਂਢੀਆਂ ਨੂੰ ਵੀ ਪਤਾ ਚੱਲ ਗਿਆ ਹੋਣਾ ਕਿ ਪ੍ਰੀਤੋ ਵੀਰ ਨੂੰ ਪਿਆਰ ਕਰਦੀ ਹੈ। ਸੋਰੀ ਸੋਰੀ ਮਾਸੀ ਜੀ ਹੈ ਪਰ ਮੈਂ ਕਿਉਂ ਸੋਰੀ ਬੋਲਣ ਦੀ ਆ ਤੂੰ ਹੀ ਮੈਨੂੰ ਸੋਰੀ ਬੋਲੋ
ਅੱਜ ਜੋ ਕੁਛ ਹੋਣ ਡਿਆ ਨਾ ਤੁਹਾਡੇ ਕਰਕੇ ਹੋਣ ਡਿਆ। ਸਾਰੀ ਉਮਰ ਲੰਘ ਗਈ ਆ ਮੇਰੀ ਪੀਰ ਡੀਅਰ ਦੇ ਪਿੱਛੇ ਲੱਗ ਕੇ, ਤੇ ਹੋਇਆ ਕੱਖ ਨੀ ਹੈਗਾ ਮੇਰੇ ਕਰਕੇ। ਲੈ ਮੈਂ ਕੀ ਕੀਤਾ? ਉਹੀ ਤਾਂ ਮੈਂ ਪੁੱਛਣਾ ਚਾਹੁੰਦੀ ਆ ਕਿ ਕੀਤਾ ਕੀ ਹੈ ਤੁਸੀਂ? ਕੱਖ ਜੋਗੇ ਨੀ ਹੈਗੇ ਤੁਸੀਂ। ਆ ਮੇਰੇ ਤੇ ਵੀਰ ਡੀਅਰ ਲਈ ਅੱਜ ਤੱਕ ਤੁਸੀਂ ਕੁਛ ਵੀ ਨਹੀਂ ਕੀਤਾ। ਨਹੀਂ ਨਹੀਂ, ਮੈਂ ਕੋਸ਼ਿਸ਼ ਤਾਂ ਕਰਨ ਡਈ ਆ ਮੇਰੀ ਭੋਲੀਏ ਪ੍ਰੀਤੋ। ਖਬਰਦਾਰ, ਜੇ ਮੈਨੂੰ ਭੋਲੀ ਕਿਹਾ ਤਾਂ ਉਹ ਤਾਂ ਮੈਂ ਤੁਹਾਡੀਆਂ ਗੱਲਾਂ ਚ ਆ ਗਈ। ਵੈਸੇ ਤਾਂ ਮੈਂ ਬੜੀ ਚਲਾਕ ਆ, ਤੇ ਨਾਲੇ ਕਿਹੜੀ ਕੋਸ਼ਿਸ਼ ਦੀ ਗੱਲ ਕਰਨ ਡਏ ਹੋ ਤੁਸੀਂ ਹੈਂ? ਕਦੇ ਕਹਿੰਦੇ ਹੋ ਕਿ ਲਿਪਸਟਿਕ ਲਾ, ਕਦੇ ਮਨ ਸਵਨੇ ਕੱਪੜੇ ਪਾ, ਵੀਰ ਡੀਅਰ ਲਈ ਪਰਾਂਠੇ ਬਣਾ, ਇੰਨਾ ਕੁਝ ਕੀਤਾ ਮੈਂ, ਹੋਇਆ ਕੁਝ? ਹੋਇਆ ਕੋਈ ਫਾਇਦਾ ਦੱਸੋ ਮੈਨੂੰ। ਓਹੋ, ਤੂੰ ਮੇਰੀ ਗੱਲ ਤਾਂ ਸੁਣ। ਬਸ ਮਾਤੀ ਜੀ, ਮੈਂ ਤਾਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਵੀਰ ਡੀਅਰ ਨਾਲ ਇਸ ਕਮਰੇ ਚ ਰਵਾਂਗੀ, ਤੇ ਵੇਖ ਲੋ ਕੀ ਹੋਣ ਡਿਆ। ਉਹ ਡਾਕਟਰ ਨੀ ਮੇਮ ਨੇ ਆ ਕੇ ਨਾ ਵੀਰ ਡੀਅਰ ਦਾ ਕਮਰਾ ਮੰਨ ਲਿਆ। ਵੇਖਿਓ ਤੁਸੀਂ, ਇੱਕ ਦਿਨ ਨਾ ਆਹ ਸਾਰਾ ਕੁਛ ਛੱਡ ਕੇ ਨਾ ਮੈਂ ਚਲੇ ਜਾਣਾ ਆ, ਫਿਰ ਕਰਾਉਂਦੇ ਰਹੇ ਆਪਣੇ ਪਿਓ ਵਾਲਾ ਵਿਆਹ। ਇਹ ਗੱਲ ਸੁਣ ਮੇਰੀ ਭੋਲੀਏ ਪ੍ਰੀਤੋ, ਤੈਨੂੰ ਪਤਾ ਕਿ ਆਦਮੀਆਂ ਨੂੰ ਫਸਾਉਣ ਦਾ ਨਾ ਕੋਈ ਤਰੀਕਾ ਹੁੰਦਾ ਆ, ਆਪਣੇ ਦਿਮਾਗ ਤੋਂ ਨਹੀਂ ਆਪਣੇ ਹੁਸਨ ਦੇ ਪੈਂਤਰੇ ਪਾ ਕੇ ਫਸਾਉਣਾ ਚਾਹੀਦਾ, ਤੇ ਮੈਂ ਤਾਂ ਬਸ ਬਸ ਤੁਸੀਂ ਤਾਂ ਰਹਿ ਨਹੀਂ ਦੋ। ਆ ਮੈਂ ਨਹੀਂ ਲਾਣੀ ਕੋਈ ਲਿਪਸਟਿਕ ਤੇ ਪਾਊਡਰ ਸ਼ਾਊਡਰ, ਪਹਿਲਾਂ ਹੀ ਨਾ ਤੁਹਾਡੇ ਕਹਿਣ ਤੇ ਬਥੇਰੇ ਪੈਸੇ ਪੱਟਦੇ ਆ ਮੈਂ ਸੂਟਾਂ ਤੇ, ਤੇ ਹੋਇਆ ਕੱਖ ਵੀ ਨਹੀਂ ਹੈਗਾ। ਵੀਰ ਡੀਅਰ ਨੇ ਤਾਂ ਅੱਖ ਚੱਕ ਕੇ ਵੀ ਨਹੀਂ ਵੇਖਿਆ ਮੈਨੂੰ। ਹੁਣ ਤੁਸੀਂ ਨਾ ਕੁਛ ਨਹੀਂ ਕਰਨਾ, ਜੋ ਕਰਨਾ ਨਾ ਮੈਂ ਆਪੇ ਕਰੂੰਗੀ। ਹਾਏ ਹਾਏ, ਮੈਨੂੰ ਵੀ ਤਾਂ ਪਤਾ ਚੱਲੇ, ਕੀ ਕਰੇਂਗੀ ਤੂੰ? ਜਿਵੇਂ ਆਪਾਂ ਪੇਪਰਾਂ ਚ ਫੇਲ ਹੋਣ ਦੇ ਡਰ ਤੋਂ ਨਕਲ ਮਾਰਦੇ ਆ ਨਾ, ਬਸ ਓਦਾਂ ਹੀ ਨਾ ਮੈਂ ਵੀ ਨਕਲ ਮਾਰਾਂਗੀ ਉਸ ਡਾਕਟਰ ਸਿਮਰਨ ਸਰੀਨ ਦੀ। ਹਾਂ, ਉਹਦੇ ਵਾਂਗ ਕੱਪੜੇ ਪਾਵਾਂਗੀ, ਉਹਦੇ ਵਾਂਗ ਬੋਲਾਂਗੀ, ਉਹਦੇ ਵਾਂਗ ਤੁਰਾਂਗੀ ਫਿਰਾਂਗੀ। ਹਾਏ, ਫਿਰ ਵੀਰ ਡੀਅਰ ਨੂੰ ਨਾ ਆਪੇ ਪਿਆਰ ਹੋ ਜਾਣਾ ਮੇਰੇ ਨਾਲ। ਚਲੋ ਮੰਨਿਆ, ਕੱਪੜੇ ਤਾਂ ਆਪਾਂ ਬਾਜ਼ਾਰ ਚੋਂ ਖਰੀਦ ਲਾਂਗੇ, ਪਰ ਉਹਦੇ ਵਰਗੀ ਡਾਕਟਰ ਦੀ ਡਿਗਰੀ ਨਾ ਉਹ ਵੀ ਬਾਜ਼ਾਰੋਂ ਖਰੀਦੇਂਗੀ ਤੂੰ? ਉਹ ਮਾਸੀ ਜੀ, ਡਿਗਰੀ ਨੂੰ ਮਾਰੋ ਤੁਸੀਂ ਗੋਲੀ, ਨਾਲੇ ਤੁਸੀਂ ਆਪ ਹੀ ਤਾਂ ਕਹਿ ਦਿਮਾਗ ਨਾਲ ਨੀ ਹੁਸਨ ਦੇ ਪੈਂਤਰੇ ਚਲਾਣੇ ਚਾਹੀਦੇ ਨੇ। ਬਸ ਹੁਣ ਮੈਂ ਵੀ ਨਾ ਉਹੀ ਕਰਾਂਗੀ, ਬਸ ਥੋੜੀ ਜਿਹੀ ਨਕਲ ਕਰ। ਆ ਮੇਰਾ ਪਲਾਜ਼ੋ ਹੈ ਨਾ, ਇਹਨੂੰ ਨਾ ਇਧਰੋਂ ਵੀ ਸੀਨ ਮਾਰ ਦੋ ਤੇ ਇਧਰੋਂ ਵੀ ਮਾਰ ਦੋ, ਟਾਈਟ ਕਰ ਦੋ ਤੇ ਪੈਂਟ ਬਣ ਜੂਗਾ ਇਹ। ਆ ਲੋ ਫੜੋ। ਹਾਏ ਨੀ ਮੇਰੀ ਭੋਲੀਏ ਪ੍ਰੀਤੋ, ਠੀਕ ਹੈ ਮੈਂ ਕਰਦੀ ਆਂ ਕੋਸ਼ਿਸ਼। ਇੱਕ ਮਿੰਟ ਫੜੋ। ਨਹੀਂ ਨਹੀਂ, ਪੈਂਟ ਤਾਂ ਡਾਕਟਰ ਨੀ ਵੀ ਪਾਉਂਦੀ ਆ, ਮੈਨੂੰ ਨਾ ਕੁਝ ਹੋਰ ਕਰਨਾ ਚਾਹੀਦਾ ਜਿਹੜਾ ਉਹਦੇ ਨਾਲੋਂ ਵੀ ਜ਼ਿਆਦਾ ਚੰਗਾ ਹੋਵੇ। ਹਾਂ ਮਾਸੀ ਜੀ, ਏਦਾਂ ਦੀ ਵੀ ਕੋਈ ਡਰੈਸ ਹੁੰਦੀ ਹੈ ਨਾ, ਏਦਾਂ ਵਲ ਜੇ ਪਾ ਕੇ, ਹੈ ਨਾ? ਨਹੀਂ ਮੈਨੂੰ ਤਾਂ ਪਤਾ ਨਹੀਂ ਹੈਗਾ, ਤੂੰ ਖੋਰੇ ਪਤਾ ਨਹੀਂ ਕਿੱਥੋਂ ਵੇਖ ਲਈ ਇਹੋ ਜਿਹੀ ਡਰੈਸ। ਮਾਸੀ ਜੀ, ਤੁਹਾਡੀ ਨਾ ਉਮਰ ਹੋ ਗਈ ਹੈ ਤਾਂ ਹੀ ਤੁਹਾਨੂੰ ਹੁਣ ਕੋਈ ਫੈਸ਼ਨ ਫੁਸ਼ਨ ਦਾ ਨਹੀਂ ਪਤਾ, ਤੁਸੀਂ ਨਾ ਆਪਣਾ ਦਿਮਾਗ ਨਾ ਹੀ ਲਾਓ, ਬਸ ਜਿੰਨਾ ਕਿਹਾ ਓਨਾ ਕਰੋ। ਆਲੋ ਫੜੋ ਤੇ ਇਹਨੂੰ ਨਾ ਸੋਹਣੇ ਜੀ ਨਾ ਇੱਦਾਂ ਵਲ ਜੇ ਪਾ ਕੇ ਨਾ ਇੱਕ ਸਕਰਟ ਜੀ ਬਣਾ ਦੋ, ਤੇ ਉਹਦੋਂ ਨਾ ਟਾਈਟ ਕਰਕੇ ਪੈਂਟ ਬਣਾ ਦੋ, ਬਾਕੀ ਮੈਂ ਆਪੇ ਵੇਖ ਲੂੰਗੀ ਕੀ ਪਾਉਣਾ ਤੇ ਕੀ ਨਹੀਂ ਪਾਉਣਾ। ਵੀਰ ਡੀਅਰ ਨਾ ਮੈਨੂੰ ਕਹਿਣਗੇ ਮੇਰੀ ਪ੍ਰੀਤੋ ਡੀਅਰ, ਹਾਏ ਮੈਂ ਵਿਚਾਰੀ ਕਿਹੇ ਥਾਂ ਦੀ। ਤੇਰੇ ਤੋਂ ਵੱਧ ਪੈਂਫਲੇਟਸ ਵੰਡਤੇ ਮੈਂ। ਸਿਰਫ ਵੰਡਨੇ ਨਹੀਂ ਹੁੰਦੇ, ਲੋਕਾਂ ਨੂੰ ਸਮਝਾਉਣਾ ਵੀ ਹੈ ਮੈਡੀਕਲ ਕੈਂਪ ਬਾਰੇ, ਡਾਕਟਰ ਸਰੀਨ ਬਾਰੇ, ਉਹ ਕੌਣ ਕਰੂਗਾ? ਹਾਏ ਵੇ ਸਲੇਡਿਆ, ਤੂੰ ਤਾਂ ਬੈਸਟ ਹੈ। ਗੱਲਾਂ ਬੰਦ ਕਰ ਤੇ ਕੰਮ ਤੇ ਲੱਗ।
ਟਾਈਮ ਹੀ ਬਰਬਾਦ ਕਰਨਾ। ਦੋਵੇਂ ਕੰਮ ਇਕੱਠੇ ਵੀ ਤਾਂ ਹੋ ਸਕਦੇ ਨੇ। ਦੋ ਗੱਲਾਂ ਤੂੰ ਕਰੇ, ਦੋ ਮੈਂ, ਦੋ ਪੈਂਫਲੈਟਸ ਤੂੰ ਵੰਡੇ, ਦੋ ਮੈਂ। ਅੱਛਾ, ਦੋ ਚਪੇੜਾ ਤੂੰ ਖਾਵੇਂ, ਦੋ ਮੈਂ ਲਾਵਾਂ। ਕਿਉਂ, ਚੱਲ ਤੂੰ ਚੱਲ। ਪੈਂਫਲੇਟ ਤਾਂ ਤੇਰੇ ਤੋਂ ਸੰਭਲਦੇ ਨਹੀਂ ਹੈਗੇ, ਮੈਡੀਕਲ ਕੈਂਪ ਸਵਾ ਸਾਂਭੇਂਗੇ, ਚੱਕ ਹੁਣ ਇਹਨਾਂ ਨੂੰ। ਧਿਆਨ ਕਿੱਥੇ ਤੇਰਾ? ਤੇਰੇ ਚ। ਮੈਂ ਇਹੋ ਜਿਹੀ ਗੱਲਾਂ ਨਾ ਕਰਿਆ। ਅੱਛਾ ਅੱਛਾ, ਚੱਲ ਤੂੰ ਕਿਹਾ ਤੇ ਮੈਂ ਮੰਨ ਲਿਆ। ਚੱਲ ਪੈਂਫਲੇਟ ਚੱਕ। ਤੂੰ ਚੁੱਕ। ਮੁੰਡੇ ਦੇ ਹੁੰਦੇ ਆ ਨਾ, ਕੁੜੀਆਂ ਨਹੀਂ ਚੱਕਦੀਆਂ। ਚੱਕ ਪੈਂਫਲੇਟ। ਚੰਗੇ ਕੰਮਾਂ ਚ ਨਾ ਕੋਈ ਕੁੜੀ ਮੁੰਡੇ ਚ ਫਰਕ ਨਹੀਂ ਹੁੰਦਾ। ਤੁਸੀਂ ਚੁੱਪ ਕਰਕੇ ਨਾ, ਆ ਜਿਹੜਾ ਤੂੰ ਸੁੱਟਿਆ ਨਾ, ਇਹਨਾਂ ਨੂੰ ਚੁੱਪ। ਮੈਂ ਚਾਹੁੰਦੀ ਹਾਂ ਕਿ ਮੈਂ ਪਿਆਰ ਨਾਲ ਕਹਾਂ ਕਿ ਤੂੰ ਆਹ ਸਭ ਚੱਕ ਲੈ, ਤੇ ਤੂੰ ਚੱਕ ਲੈ। ਪਰ ਏਦਾਂ ਹੋਣਾ ਨਹੀਂ ਹੈ। ਅਸੀਂ ਚੁੱਪ ਕਰਕੇ ਨਾ ਚੁੱਕਣਾ। ਇਹਨੂੰ ਨਾ ਲਿਆ ਕੇ ਗਲਤੀ ਤਾਂ ਨਹੀਂ ਕਰਤੀ? ਕੱਲੇ ਹੀ ਸਾਂਭ ਲੈਣਾ ਸੀ ਮੈਂ। ਕਰ ਲੈ ਇਕੱਠੇ। ਪਿੱਛੇ ਵੀ ਡਿੱਗਿਆ ਹੋਇਆ ਤੇ ਆਪ ਚੁੱਕ ਲਾ। ਆ ਵੰਡਨੇ ਨੇ, ਅਖਲੋ ਕੇ ਇੱਥੇ ਮੈਨੂੰ ਕੀ ਵੇਖੀ ਜਾਨੀ ਹੈ? ਕੀ ਉਸ ਲੱਡਿਆ, ਇੰਨਾ ਕੀ ਖਿਜਾ ਰਹਿਣਾ ਤੂੰ ਮੇਰੇ ਤੋਂ? ਹੈ, ਮੈਂ ਕੀ ਕਰਾਂ, ਤੂੰ ਕੰਮ ਹੀ ਹੋ ਜਾ ਕਰਦੀ ਆ। ਚੱਲ ਹੁਣ, ਉਹ ਤਾਂ ਟਾਈਮ ਨਹੀਂ ਹੈਗਾ ਅੱਡੇ ਕੋਲ, ਵੰਡਨੇ ਨੇ ਇਹਨਾਂ ਨੂੰ। ਮੈਂ ਜਦੋਂ ਦਾ ਆਪਣੀ ਜ਼ਿੰਦਗੀ ਚ ਮੈਡੀਕਲ ਕੈਂਪ ਲਾਉਣਾ ਸ਼ੁਰੂ ਕੀਤਾ ਹੈ ਨਾ,
ਮੇਰੇ ਨਾਲ ਕਦੇ ਨਹੀਂ ਹੋਇਆ ਇਹ ਸਭ ਕੁਝ। ਜ਼ਿੰਦਗੀ ਚ ਪਹਿਲੀ ਵਾਰੀ ਹੋਇਆ ਕਿ ਮੇਰਾ ਕੈਮ ਵੈਸੇ ਇਹ ਤੁਹਾਡਾ ਹੀ ਆਈਡੀਆ ਸੀ ਨਾ ਮਾਹੀ ਕਿ ਮੈਂ ਤੁਹਾਡੇ ਪਿੰਡ ਜਾ ਕੇ ਟੈਂਟ ਲਾਵਾਂ, ਹੈ ਨਾ? ਬਹੁਤ ਹੀ ਭੈੜਾ ਆਈਡੀਆ ਸੀ ਤੇ ਤੁਹਾਡੇ ਇਸ ਆਈਡੀਆ ਤੇ ਅਮਲ ਕਰਨਾ ਮੇਰੀ ਸਭ ਤੋਂ ਵੱਡੀ ਗਲਤੀ, ਕਿਉਂਕਿ ਇੰਨੇ ਸਾਲਾਂ ਚ ਪਹਿਲੀ ਵਾਰੀ ਹੋਇਆ ਕਿ ਮੇਰੇ ਕੈਂਪ ਦਾ ਉਦਘਾਟਨ ਵੀ ਨਹੀਂ ਹੋਇਆ। ਪਰ ਸਿਮਰਨ ਜੀ ਮੈਂ ਬਸ ਮੁੱਕ ਗਿਆ ਸਾਰਾ ਕੁਝ। ਪਹਿਲਾਂ ਇਸ ਜ਼ਮੀਨ ਲਈ ਇੰਨਾ ਬਖੇੜਾ ਹੋਇਆ ਤੇ ਹੁਣ ਟੈਂਟ ਨਾਲ ਸਾਰਾ ਕੁਝ, ਤੇ ਮੈਨੂੰ ਨਹੀਂ ਲੱਗਦਾ ਮੇਰਾ ਮੈਡੀਕਲ ਕੈਂਪ ਇਸ ਪਿੰਡ ਚ ਕਦੇ ਕੰਮ ਵੀ ਆਊਗਾ। ਹਾਏ, ਡਾਕਟਰ ਸਰੀਨੀ ਤੇ ਵੀਰ ਦਾ ਇਲਾਜ ਕਰਨਗੇ, ਜੇ ਆ ਪਿੱਛੇ ਹਟ ਗਏ ਤੇ ਵੀਰ ਫੇਰ ਤੋਂ ਟੁੱਟ ਜਾਏਗਾ। ਮੈਂ ਆਪਣਾ ਪੈਸਾ, ਆਪਣੀ ਇੱਜ਼ਤ, ਆਪਣਾ ਟਾਈਮ ਸਭ ਕੁਝ ਗਵਾ ਚੁੱਕੀ ਹਾਂ। ਜਿਹੜਾ ਪਿੰਡ ਚੰਗਾ ਕੰਮ ਕਰਨ ਵਾਲਿਆਂ ਦੀ ਇੱਜ਼ਤ ਨਹੀਂ ਕਰ ਸਕਦਾ, ਉੱਥੇ ਮੈਂ ਮੈਡੀਕਲ ਕੈਂਪ ਲਾਉਣਾ ਵੀ ਨਹੀਂ ਚਾਹੁੰਦੀ। ਪਲੀਜ਼ ਡਾਕਟਰ ਸਰੀ, ਮੈਨੂੰ ਇੱਕ ਘੰਟਾ ਦੇ ਦਿਓ। ਜਿਵੇਂ ਸੀਗਾ ਮੈਂ ਉਦਾਂ ਹੀ ਕਰਦਾ ਹਾਂ। ਪਲੀਜ਼ ਡਾਕਟਰ ਸਰੀ, ਕੋਈ ਫਾਇਦਾ ਨਹੀਂ ਹੈ ਮਾਹੀ, ਅੱਜ ਟੈਂਟ ਲਾਓਗੇ ਕੱਲ ਫੇਰ ਤੋੜ ਦੇਣਗੇ, ਤੇ ਮੇਰੇ ਕੋਲ ਨਾ ਸਭ ਤੋਂ ਮੇਲਿਆਂ ਚ ਪੈਣ ਲਈ ਨਾ ਤਾਂ ਟਾਈਮ ਹੈ ਤੇ ਨਾ ਹੀ ਮੈਨੂੰ ਸ਼ੌਂਕ ਹੈ, ਤੇ ਇਸ ਲਈ ਇਹ ਮੈਡੀਕਲ ਕੈਂਪ ਇੱਥੇ ਨਹੀਂ ਲੱਗੂਗਾ। ਬਸ ਜਾ ਰਹੀ ਹਾਂ ਮੈਂ। ਇੱਕ ਮਿੰਟ ਡਾਕਟਰ, ਇੱਕ ਘੰਟਾ ਨਹੀਂ ਤਾਂ ਬਸ 5 ਮਿੰਟ ਦੇ ਦਿਓ, ਮੈਂ ਹੁਣੇ ਪਤਾ ਲਵਾ ਲੈਂਦੀ ਹਾਂ ਕਿਹਨੇ ਕੀਤਾ ਤੇ ਕਿਉਂ ਕੀਤਾ। ਪਲੀਜ਼ ਡਾਕਟਰ, ਮੈਨੂੰ ਪਤਾ ਹੈ ਉਸ ਲੱਕੀ ਨੇ ਕੀਤਾ ਹੋਣਾ ਸਭ ਕੁਝ, ਪਰ ਹੱਲ ਕੀ ਹੈ ਇਸ ਗੱਲ ਦਾ? ਅਸੀਂ ਅੱਜ ਉਹਦੇ ਨਾਲ ਗੱਲ ਕਰ ਲਾਂਗੇ, ਕੱਲ ਉਹ ਫੇਰ ਕੋਈ ਨਵੀਂ ਮੁਸੀਬਤ ਲੈ ਕੇ ਖੜਾ ਹੋ ਜਾਏਗਾ ਤੇ ਮੈਂ ਹੀ ਸਭ ਕੁਝ ਥੋੜੀ ਸਾਂਭਦੀ ਰਵਾਂਗੀ ਇੱਥੇ, ਮੇਰੇ ਕੋਲ ਇੰਨਾ ਟਾਈਮ ਨਹੀਂ ਹੈ। ਨਹੀਂ ਕਰੂਗਾ, ਸੋਚੂਗਾ ਵੀ ਨਹੀਂ ਇਹੋ ਜਿਹਾ ਕੁਝ ਕਰਨ ਬਾਰੇ। ਡਾਕਟਰ ਪਲੀਜ਼ ਪਲੀਜ਼ ਮੈਨੂੰ ਬਸ 5 ਮਿੰਟ ਦੇ ਦਿਓ। ਪਲੀਜ਼ ਡਾਕਟਰ, 5 ਮਿੰਟ ਦੇ ਦਿਓ ਨਾ। ਤੁਸੀਂ ਗਰੀਬਨ ਨਹੀਂ ਕਰਦੇ ਹੋ ਨਾ ਸਭ ਕੈਂਪ, ਗਰੀਬਨ ਲਈ ਮੈਨੂੰ 5 ਮਿੰਟ ਦੇ ਦਿਓ। ਪਲੀਜ਼ ਡਾਕਟਰ, ਮੇਰੇ ਪਿੰਡ ਦੇ ਗਰੀਬ ਲੋਕੀ ਜਿਹੜੇ ਇਲਾਜ ਕਰਾਉਂਦੇ ਜਿਨ੍ਹਾਂ ਕੋਲ ਪੈਸੇ ਨਹੀਂ ਹੁੰਦੇ, ਪਲੀਜ਼ ਉਹਨਾਂ ਲਈ ਸਮਝ ਜਾਓ। ਪਲੀਜ਼ 5 ਮਿੰਟ ਦੇ ਦਿਓ, ਮੈਂ ਤੁਹਾਡੇ ਸਾਹਮਣੇ ਹੱਥ ਜੋੜਦੀ ਹਾਂ। ਪਲੀਜ਼ ਡਾਕਟਰ ਸਰੀ, ਠੀਕ ਹੈ ਮਾਹੀ, ਦਿੱਤੇ ਤੁਹਾਨੂੰ 5 ਮਿੰਟ, ਪਰ ਇਹਨਾਂ 5 ਮਿੰਟਾਂ ਚ ਮੈਨੂੰ ਹੱਲ ਵੀ ਚਾਹੀਦਾ ਇਸ ਗੱਲ ਦਾ।